ਜੀ ਅਸਲਾਮ ਅਲੈਕੁਮ ਸ਼ਾਹ ਜੀ, ਕੀ ਹਾਲ ਹੈ ਤੁਹਾਡੇ ਜਨਾਬ? ਜੀ ਵਾਲੇਕੁਮ ਅਸਲਾਮ ਅਜਾਦਰਾ ਜੀ, ਅੱਲਾ ਕਰੀਮ ਦੇ ਬੜੇ ਅਹਿਸਾਨ ਜੀ, ਅਲਹਮਦੁਲਿਲਾ, ਤੁਸੀਂ ਸੁਣਾਓ ਜੀ। ਜੀ ਬੜੀ ਮਿਹਰਬਾਨੀ, ਅੱਲਾ ਪਾਕ ਦਾ ਕਰਮ ਹੈ ਜੀ। ਔਰ ਕੈਂਪਸ ਰੇਡੀਓ FM 98.2 ਜਾਮੇ ਸਰਗੋਧਾ ਅਤੇ ਤੁਹਾਡੀ ਆਪਣੀ ਰਹਿਤਲ, ਤੁਹਾਡੇ ਆਪਣੇ ਵਸੇਬ ਦੀ ਸੰਜਾਬ ਪ੍ਰੋਗਰਾਮ ਲੋਕ ਰਹਿਤਲ ਲੈ ਕੇ ਤੁਹਾਡੇ ਆਪਣੇ ਮੋਮਿਨ ਸ਼ਾਹ ਅਤੇ ਇਜਾਜ਼ ਰਾਜ ਹਾਜ਼ਰੇ ਖਿਦਮਤ ਹਨ। ਸਮੇਂ ਲੋਕ ਰਹਿਤਲ ਦੀ ਸਾਰੀ ਟੀਮ ਦੀ ਤਰਫੋਂ ਅਤੇ ਸਾਡੇ ਦੋਵਾਂ ਦੀ ਤਰਫੋਂ ਆਪਣੇ ਸੋਹਣੀਆਂ ਅਤੇ ਸੁੱਚੀਆਂ ਸਮਾਤਾਂ ਰੱਖਣ ਵਾਲੇ ਸੋਹਣੇ ਮਨਮੋਹਣੇ ਮਨ ਭਾਵਣੇ ਸੱਜਣਾ ਬੇਲੀਆਂ ਅਤੇ ਮਿੱਤਰਾਂ ਨੂੰ ਢੇਰ ਢੇਰ ਮੁਹੱਬਤਾਂ ਭਰਿਆ ਸਲਾਮ। ਦੁਆ ਇਹ ਕਿ ਹਰ ਆਉਣ ਵਾਲਾ ਦਿਨ ਤੁਹਾਡੇ ਵਾਸਤੇ ਢੇਰ ਸਾਰੀ ਖੁਸ਼ੀਆਂ ਲੈ ਕੇ ਆਵੇ। ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨ ਵਾਸਤੇ, ਸਾਡੇ ਪ੍ਰੋਗਰਾਮ ਨਾਲ ਜੁੜਨ ਵਾਸਤੇ ਸਾਡਾ ਫੋਨ ਨੰਬਰ ਨੋਟ ਕਰ ਲਓ, 0448-9230-798। ਸਾਰੇ ਦੋਸਤਾਂ ਨੂੰ ਪਤਾ ਹੈ ਮਿਲਾਵਣ ਦਾ ਤਰੀਕਾ। ਇਸ ਤੋਂ ਇਲਾਵਾ ਤੁਸੀਂ ਸਾਨੂੰ ਆਮੋ ਸਾਹਮਣੇ ਵੇਖ ਵੀ ਸਕਦੇ ਹੋ, ਸੁਣ ਵੀ ਸਕਦੇ ਹੋ। ਉਹਦੇ ਵਾਸਤੇ ਸਾਡਾ ਫੇਸਬੁੱਕ ਪੇਜ ਮੌਜੂਦ ਹੈ, ਕੈਂਪਸ ਰੇਡੀਓ FM 98.2 ਸਰਗੋਧਾ ਯੂਨੀਵਰਸਿਟੀ। ਇਸ ਪੇਜ 'ਤੇ ਜਾ ਕੇ ਜਨਾਬ ਸਨ ਲਾਈਵ ਬਾਬੇ ਮੋਮਿਨ ਸ਼ਾਹ ਅਤੇ ਇਜਾਜ਼ ਰਾਜ ਨੂੰ ਜਨਾਬ ਤੁਸੀਂ ਵੇਖੋ ਵੀ ਸਹੀ ਔਰ ਸੁਣੋ ਵੀ ਸਹੀ, ਔਰ ਸ਼ੇਅਰ ਲਾਜ਼ਮੀ ਦੋਸਤੋ ਕੀਤਾ ਕਰੋ। ਤੁਹਾਡੇ ਸ਼ੇਅਰ ਕਰਨ ਨਾਲ ਸਾਡੀ ਰਹਿਤਲ ਜਿਹੜੀ ਹੈ, ਸਾਡੇ ਰਹਿਤਲ ਦੇ ਵਸੇਬੀਆਂ ਤੱਕ ਕੱਪੜਦੀ ਹੈ, ਸਾਡੇ ਰਹਿਤਲ ਦੇ ਵਸਨੀਕਾਂ ਤੱਕ ਕੱਪੜਦੀ ਹੈ। ਤਾਂ ਤੁਹਾਨੂੰ ਦੱਸੀ ਬਣ ਜੀ, ਆਪ ਹਸਬੇ ਆਦਤ ਜਿਹੜੀ ਚੀਜ਼ ਅਸੀਂ ਤੁਹਾਡੇ ਕੋਲ ਪੁੱਛਦੇ ਹੁੰਦੇ ਹਾਂ, ਕੋਈ ਲਫ਼ਜ਼ ਪੁੱਛਦੇ ਹਾਂ, ਕੋਈ ਚੀਜ਼ ਰਹਿਤਲ ਦੀ ਪੁੱਛਦੇ ਹੁੰਦੇ ਹਾਂ, ਅਤੇ ਅੱਜ ਤੁਹਾਡੇ ਕੋਲ ਅਸਾਂ ਇੱਕ ਲਫ਼ਜ਼ ਸਮਝ ਲਓ ਜਾਂ ਕੋਈ ਚੀਜ਼ ਵੀ ਸਮਝ ਲਓ, ਇਹ ਅਸੀਂ ਤੁਹਾਡੇ ਕੋਲ ਪੁੱਛਣੀ ਹੈ। ਅਤੇ ਅੱਜ ਤੁਸੀਂ ਦੱਸਣਾ ਹੈ ਦੋਸਤੋ ਕਿ ਕੁੱਛੜ ਕਿਹਨੂੰ ਆਖਦੇ ਹਨ, ਅਤੇ ਇਹਦੇ ਉੱਤੇ ਜ਼ਰਾ ਥੋੜ੍ਹਾ ਜਿਹਾ ਤਫਸੀਲਨ ਗੁਫ਼ਤਗੂ ਅਗਰ ਕੋਈ ਦੋਸਤ ਕਰ ਸਕੇ ਤਾਂ ਉਹ ਵੀ ਦੱਸਣਾ ਹੈ ਕਿ ਜਨਾਬ ਕੁੱਛੜ ਕਿਸ ਨੂੰ ਆਖਦੇ ਹਨ। ਮਜ਼ੀਦ ਸ਼ਾਹ ਸਾਹਿਬ ਹੋਰਾਂ ਕੋਲ ਵਾਂਝ ਕੇ ਅਤੇ ਅਸੀਂ ਪੁੱਛਦੇ ਹਾਂ ਜਨਾਬ ਸ਼ਾਹ ਜੀ, ਕੁੱਛੜ ਕਿਹਨੂੰ ਆਖਦੇ ਹੁੰਦੇ? ਗੱਲ ਇੱਕ ਭਲਿਆ ਲੋਕਾਂ ਤੂੰ ਤਾਂ ਕੁੱਛੜ ਚੜਿਆ ਬਤਨਾ। ਇਸ ਤੋਂ ਅਗਾਂਹ ਇਸ 'ਤੇ ਤਫਸੀਲ ਤਮੀਦ ਕੇ ਦੱਸਣੀ ਗੱਲ ਇਸ ਜਿਹੜੋ ਕਿ ਵਾਰ ਤਾਰੀਖ ਦੀ ਗੱਲ ਕੀਤੀ ਵੰਜੇ ਨੇ, ਅਤੇ ਅੱਜ ਚੰਨ ਦੀ ਹੋ ਗਈ ਹੈ 22 ਮਈ ਦਾ ਅੱਛੇ ਖੇੜਾ ਦਿਹਾੜਾ, ਯਾਨੀ ਕਿ 31 ਮਈ ਹੋ ਗਏ ਜੀ, ਅਤੇ ਜੇਠ ਦੀ ਅੱਜ 18 ਔਰ ਜੇਠ ਦੀ 18 ਜਿਹੜੀ ਹੈ, ਇਸ ਦਾ ਤਾਰੀਖੀ ਪਸੇ ਮੰਜ਼ਰ ਜਿਹੜਾ ਹੈ ਇਹ ਰਾਜ ਜੀ ਬੜਾ ਦਰਦ ਵਾਲਾ ਮੰਜ਼ਰ ਹੈ। ਅਜੋਕੇ ਦਿਹਾੜੇ ਕਰਬਲਾ ਮੁਹੱਲਾ ਦਾ ਮਾਰਕਾ ਹੋਇਆ 18 ਜੇਠ 2 ਯੋਮੇ ਆਸ਼ੂਰ ਦਾ ਦਿਹਾੜਾ ਜਿਹੜਾ ਪਹਿਲੀ ਦਫ਼ਾ ਜਦੋਂ ਮੁਹਰਮ ਸ਼ਰੀਫ 10 ਆਈ ਅਤੇ 18 ਜੇਠ ਦੀ ਆਈ। ਲਿਹਾਜ਼ਾ ਅੱਜ ਦਾ ਦਿਹਾੜਾ ਜਿਹੜਾ ਹੈ, ਔਰ ਤੁਸੀਂ ਆਮ ਹਿਸਾਬ ਤੋਂ ਵੇਖੋ ਨਾ, ਅਤੇ ਅੱਜ ਦੇ ਦਿਹਾੜੇ ਤੁਹਾਨੂੰ ਗਰਮੀ ਵੀ ਜ਼ਿਆਦਾ ਜਿਹੜੀ ਹੈ ਨਾ ਉਸ ਵਿੱਚ ਹਿੱਦਤ ਮਹਿਸੂਸ ਹੋਈ। ਬਿਲਕੁਲ, ਅਤੇ ਸੋ ਸਜਣੋ ਵਾਰ ਜੁਮਾ ਹੋ ਗਿਆ। ਅਗਲੀ ਗੱਲ ਇਹ ਕਿ ਬਾਈ ਜੀ ਕੁੱਛੜ ਦੀ ਗੱਲ ਹੈ ਕਿ ਬਾਈ ਨਾ ਉਹ ਇਸ਼ਾਲਾ ਕੁੱਛੜ ਨਾ ਚੜ ਵੰਜੇ, ਇਹ ਬੜੀ ਅਜੀਬ ਜਿਹੀ ਗੱਲ ਹੁੰਦੀ ਹੈ। ਅੱਗੋਂ ਤੁਸੀਂ ਆਪ ਸਿਆਣੇ ਬਿਆਣੇ ਹੋ ਤਾਂ ਸਜਣੋ, ਅੱਜ ਜਿਹੜੀਆਂ ਮੈਂ 2-4 ਗੱਲਾਂ ਵੇਖੀਆਂ ਨਾ, ਮੈਂ ਉਹਦੇ 'ਤੇ ਰਾਜ ਜੀ ਗੱਲ ਕਰਨੀ ਹੈ, ਅਤੇ ਚੰਗਾ ਮੇਰਾ ਦਿਲ ਹੈ ਮੈਂ ਰਾਜ ਕਾ ਕਰਾਂ ਜੀ। ਬਿਲਕੁਲ ਰਾਜ ਕੇ ਕਰੋ ਜਨਾਬ, ਅੱਜ ਤੁਸੀਂ ਗੱਲ ਅਸੀਂ ਜਨਾਬ ਸਭ ਤੋਂ ਵੱਡਾ ਧਰੋਹ ਪਤਾ ਕੀ ਹੈ? ਮੈਂ ਅੱਜ ਸਿਲਾਲੀ ਗਿਆ ਸੀ। ਅੱਛਾ, ਪਿਛਲੇ ਪ੍ਰੋਗਰਾਮ ਵਿੱਚ ਮੈਂ ਜ਼ਿਕਰ ਕੀਤਾ ਕਿ ਤਕਰੀਬਨ 31-32 ਸਾਲ ਪਹਿਲੇ ਦੀ ਗੱਲ ਹੈ, ਫਰੀਦੀ ਕੈਸਟ ਹਾਊਸ 'ਤੇ ਇੱਕ ਖਤ ਗਿਆ, ਅਤੇ ਜਿਹਦੇ ਵਿੱਚ ਇਹ ਹੈ ਜ਼ਿਕਰ ਆ ਕੇ ਜੀ ਮੇਰਾ ਨਾਂ ਇਸਹਾਕ ਹੈ, ਮੈਂ ਮੈਟ੍ਰਿਕ ਦਾ ਸਟੂਡੈਂਟ ਹਾਂ, ਔਰ ਮੈਂ ਕੋਈ ਸ਼ਰਮਿੰਦਗੀ ਵਾਲੀ ਨਹੀਂ ਹੈ ਕਿ ਮੈਂ ਨਾਲ ਰੋਜ਼ੀ ਰੋਟੀ ਵੀ ਕਮਾਉਂਦਾ, ਮੈਂ ਜੁੱਤੀਆਂ ਪਾਲਿਸ਼ ਕਰਦਾ। ਉਸ ਜਣੇ ਜਿੱਥੋਂ ਕਿੱਥੋਂ ਵੀ ਨੰਬਰ ਢੂੰਡਿਆ ਜਨਾਬ, ਉਹ ਬਾਅਦ ਉਸ ਬੰਦੇ ਦੀ ਮੁਹੱਬਤ ਦੀ ਵਜ੍ਹਾ ਤੋਂ, ਉਸ ਬੰਦੇ ਦਾ ਪੰਜਾਬੀ ਦੇ ਨਾਲ ਜੁੜਨ ਦੀ ਵਜ੍ਹਾ ਤੋਂ ਅੱਜ ਜਨਾਬ ਮੈਂ ਵੱਧ ਤੋਂ ਚੇਚਾ ਉਸ ਬੰਦੇ ਨੂੰ ਮਿਲਣ ਗਿਆ, ਅਤੇ ਬੰਦਾ ਜਿਵੇਂ ਕਮਲਾ ਜਿਹਾ ਨਹੀਂ ਹੋ ਪੈਂਦਾ। ਅੱਛਾ, ਮਤਲਬ ਜਿਵੇਂ ਸ਼ਾਹ ਜੀ ਆਖਦੇ ਨੇ ਕਿ ਪੁਰਾਣਾ ਕੋਈ ਇੰਜ ਦਾ ਵੈਂਦਾ ਹੈ ਕਿ ਬਹਾਵਣ ਦੀ ਜਾ ਨਹੀਂ ਲੱਭਦੀ। ਉਹ ਮੈਨੂੰ ਆਖ ਕੇ ਬਈ ਸ਼ਾਹ ਜੀ ਫਲਾਂ ਜਗ੍ਹਾ ਤੋਂ, ਮੈਂ ਆਖਿਆ ਭਲਾ ਉਹ ਵੀ ਕੀ ਹੋਇਆ ਜੀ,
ਉਹ ਤੋਂ ਵਿੱਚ ਬਾਜਵਾ ਸਾਹਿਬ ਵੀ ਆ ਗਏ। ਉਹਨਾਂ ਕਿਹਾ ਬਾਈ ਸਾਨੂੰ ਆ ਬੈਂਚ ਜਿਹੜਾ ਨਾ ਇੰਝ ਹੀ ਹੈ ਕਿ ਜਿਵੇਂ ਮਖਮਲ ਦੇ ਕੱਪੜੇ ਨਾਲ ਨਾ ਤੂੰ ਸਾਨੂੰ ਬੜਾ ਸੋਹਣਾ ਜੀ ਥਾਂ ਬਣਾ ਦਿੱਤੀ ਅਤੇ ਅਸੀਂ ਬੈਠੇ ਕਾ। ਅੱਛਾ, ਬੜੀ ਮੁਹੱਬਤ ਦੇ ਨਾਲ ਪੇਸ਼ ਆਇਆ ਜਣਾ। ਔਰ ਖਾਸ ਕਰ ਜਿਹੜਾ ਨਾ ਸਾਡਾ ਇੱਕ ਲੋਕ ਫਨਕਾਰ ਹੈ ਇਰਸ਼ਾਦ ਸੈਂਟ ਟੈਡੀ, ਇਰਸ਼ਾਦ ਸੈਂਟ ਟੈਡੀ ਦਾ ਕਮਾਲ ਪਤਾ ਕੀ ਜੀ, ਉਹ ਗਵੱਈਆ ਕੋਈ ਨਹੀਂ, ਉਹ ਗਵੱਈਆ ਨਹੀਂ ਉਹਨੂੰ ਤੁਸੀਂ, ਮੈਂ ਉਸਨੂੰ ਆਖ ਸਕ ਇਬਰਾਰ ਸ਼ਾਇਰ ਨਹੀਂ ਹੈ। ਦੁਨੀਆ ਸੁਣਦੀ ਵੀ ਪਤਾ ਨਹੀਂ ਮੈਨੂੰ ਕਿਹੜੇ ਲਫ਼ਜ਼ਾਂ ਨਾਲ ਯਾਦ ਕਰ ਸੀ, ਇਬਰਾਰ ਸ਼ਾਇਰ ਨਹੀਂ ਹੈ, ਇਰਸ਼ਾਦ ਹੁਸੈਨ ਟੈਡੀ ਗਲੂਕਾਰ ਨਹੀਂ ਹੈ, ਲੇਕਿਨ ਜੰਗ ਰੰਗ ਸਾਡੀ ਲੋਕ ਫੋਕ ਮੌਸੀਕੀ ਦਾ ਇੱਕ ਵੱਡਾ ਨਾਂ ਹੈ। ਇਬਰਾਰ ਵੈਣਕਾਰ ਹੈ, ਉਸ ਵੈਣ ਲਿਖੇ ਨੇ ਅਤੇ ਇਰਸ਼ਾਦ ਹੁਸੈਨ ਟੈਡੀ ਵੈਣਕਾਰੀ ਕੀਤੀ। ਔਰ ਜਿਹੜਾ ਇਸਹਾਕ ਹੈ ਨਾ ਉਹਨੂੰ ਕੋ ਕੁਦਰਤੀ ਹੈ ਕਿ ਵੀ ਉਸ ਬੰਦੇ ਨੂੰ ਨਾ ਇਰਸ਼ਾਦ ਹੁਸੈਨ ਨਾਲ ਕੋਈ ਨਾ ਅੰਤਾਂ ਦਾ ਪਿਆਰ, ਇਰਸ਼ਾਦ ਹੁਸੈਨ ਦੇ ਘਰ ਵੀ ਗਿਆ, ਇਰਸ਼ਾਦ ਹੁਸੈਨ ਇੱਥੇ ਵੀ ਆਇਆ, ਇਰਸ਼ਾਦ ਮੁਹੱਬਤ ਕਰਨ ਵਾਲਾ ਜੀ ਹੈ, ਕਿਉਂਕਿ ਮਤਲਬ ਹੈ ਕਿ ਸਾਡਾ ਤੁਹਾਡਾ ਵੀ ਉਹਨਾਂ ਨਾਲ ਰਾਬਤਾ ਹੈ ਅਤੇ ਮੇਰਾ ਤਾਂ ਨਿੱਕਿਆ ਹੁੰਦਾ ਤਾਂ ਸੰਗੀ ਬੇਲੀ ਹੈ, ਮਤਲਬ ਮੈਂ ਤਾਂ ਸਹੇਲੀ ਆਖਾਂਗਾ ਉਹਨੂੰ। ਮਾਲਕ ਕਾਇਨਾਤ ਦੀ ਜ਼ਾਤ ਉਸ ਮੇਰੀ ਇਸ ਧਰਤੀ ਅਤੇ ਉਸ ਪੰਜਾਬੀ ਸਬੂਤ ਨੂੰ ਵੱਡੀ ਜ਼ਿੰਦਗੀ ਦੇਵੇ। ਔਰ ਜਿਹੜੀ ਜਿਸ ਜ਼ਾਵੀਏ ਨਾਲ ਰਾਜ ਜੀ ਜੀ ਪਹਿਲੀ ਮੁਲਾਕਾਤ ਆਈ ਇਸ ਨਾਲ ਕਿ ਜਿਸ ਜ਼ਾਵੀਏ ਨਾਲ ਉਸ ਬੰਦੇ ਡੀਲ ਕੀਤਾ ਨਾ ਸਾਨੂੰ ਜੀ ਜੀ ਯਾਰ ਚੱਸ ਆ ਗਈ। ਅੱਛਾ, ਇਹਨੇ ਰਾਸਤੋਂ ਸੇ ਚੱਲ ਕਰ ਆ ਸਕੋ ਤੋ ਆਓ, ਵਾਹ ਮੇਰੇ ਘਰ ਕੇ ਰਾਸਤੇ ਮੈਂ ਕੋਈ ਗੁਲਿਸਤਾਨ ਨਹੀਂ ਹੈ, ਵਾਹ 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 ਵਾਹ, ਲੇਕਿਨ ਸ਼ਾਇਦ ਉਹ ਤਾਂ ਵੱਸ ਹੁੰਦਾ ਤਾਂ ਯਾਰ ਹੰਝ ਕਰਕੇ ਹੱਥ ਵੀ ਥੱਲੇ ਰੱਖਿਆ। ਉਹ ਵੱਤ ਵੱਤ ਮੈਨੂੰ ਵੇਖੇ ਕਿ ਬਈ ਯਾਰ ਉਹ ਮੋਮਿਨ ਸ਼ਾਹ ਤੂੰ ਹੀ ਹੈ ਯਾਰ, ਮੈਂ ਆਖਿਆ ਬੱਲਾ ਵੀ ਮੈਨੂੰ ਕਚੂਣੀਆਂ ਚਾਰ ਮਾਰ ਕੇ ਚੈੱਕ ਕਰ ਲੈ। ਉਹ ਵੱਤ ਹੋਰ ਦੋਸਤ ਬਹੁਤ ਸਾਰੇ ਆ ਗਏ ਨਾਲ, ਉਹ ਤਾਂ ਕਮਜਦ ਨਾਂ ਦਾ ਕਸਾਈ ਜਾਲਾ ਸਾਈਡ 'ਤੇ ਜਨਾਬ ਚੰਗਾ, ਉਹਦੇ ਕੋਲ ਮੈਂ ਕਿਹਾ ਤੂੰ ਪੁੱਛਿਆ ਗੁਸ਼ਤ ਕਿਵੇਂ ਤੁਸ ਜਣੇ ਨੇ, ਬਾਜੋ ਸਾਹਿਬ ਵੀ ਨਾਲ ਆਣ, ਉਸ ਜਣੇ ਬੁਗਦਾ ਫਦ ਲਿਆ। ਮੈਂ ਕਿਹਾ ਬਈ ਸਾਨੂੰ ਡਰਾ ਨਾ, ਅਸੀਂ ਕੋਈ ਚਤਨੀ ਤਾਂ ਲੈਂਦੇ, ਅਸੀਂ ਤੇਰੇ ਨਾਲ ਕੋਈ ਗੱਲ ਕੋਈ ਨਹੀਂ ਸਿੱਖਦੇ, ਲੇਕਿਨ ਬੜੇ ਪਿਆਰ ਨਾਲ ਉਹ ਬੋਲਿਆ। ਉਸ ਦੱਸਿਆ ਉਸ ਇੱਕ ਗੱਲ ਕੀਤੀ ਜਿਹੜੀ ਨਾ ਮੈਨੂੰ ਬੜੀ ਅੱਛੀ ਲੱਗੀ, ਉਸ ਕਿਹਾ ਸ਼ਾਹ ਜੀ ਗੱਲ ਇਹ ਕਿ ਰਿਕੁਐਸਟ ਇਹ ਵੇ ਕਿ ਗੋਸ਼ਤ ਦਾ ਰੇਟ ਇਤਨਾ ਕੁ ਹੋ ਜਾਵੇ ਕਿ ਹਰ ਗਰੀਬ ਆਦਮੀ ਖਰੀਦ ਸਕੇ, ਕਿਉਂਕਿ ਉਹ ਦੂਜਾ ਜਿਹੜਾ ਹੈ ਨਾ ਉਹ ਲੂਲਾ ਗੋਸ਼ਤ, ਉਹ ਦਿੱਤ ਗੱਲ 'ਚ ਕੋਈ ਨਾ, ਚੂਚਾ ਆਪ ਨਹੀਂ ਖਲੋ ਸਕਦਾ। ਸਕਿਆ ਗੋਸ਼ਤ ਜਿਹੜਾ ਵੱਡਾ ਹੈ ਨਾ ਇਹਦਾ ਰੇਟ ਇਤਨਾ ਕੁ ਹੋਵੇ ਕਿ ਹਰ ਬੰਦਾ ਖਾ ਸਕੇ ਔਰ ਸਾਡੀ ਵੀ ਰੋਜ਼ੀ ਰੋਟੀ ਟੁਰੇ ਅਤੇ ਦੋਵੇਂ ਘਰ ਤਾਂ ਕੇ ਨਾ ਕੋਈ ਆਵੇਗਾ ਕਿ ਜੇ ਕੀਮਤ ਵੱਧ ਪਈ ਸੀ ਤਾਂ ਲੈਣਾ ਕਿਸੇ, ਅਤੇ ਜੇ ਕੀਮਤ ਡਹਿ ਪਈ ਤਾਂ ਵੱਧ ਸਾਡੇ ਬੱਚੇ ਰੋਟੀ ਕਿੱਥੋਂ ਖਾ ਸਕਣ। ਸੋ ਗੱਲ ਇੱਕ ਬਈ ਜਿੱਦਾਂ ਹੋਵੇ ਦਰਮਿਆਨਾ ਜਿਹਾ ਕੰਮ ਕਿ ਅਸੀਂ ਬੱਚੇ ਸਾਡੇ ਰੋਟੀ ਵੀ ਖਾਣ, ਵਾਪਸੀ 'ਤੇ ਆਇਆ ਤਾਂ ਜਨਾਬ ਹਿਕਮਤ ਰੋ ਵੇਖਿਆ, ਸਿਲਾ ਵਾਲੀ ਤੋਂ ਸਰਗੋਧੇ ਤੱਕ ਜਿਹੜਾ ਮੇਨ ਰੋਡ ਹੈ ਨਾ ਉਹਦੇ ਤੋਂ ਅਸੀਂ ਆਏ ਹਾਂ, ਜਿਹਦੇ ਉੱਤੇ ਉਹ 116 ਜਾਲ, ਉਸ ਤੋਂ ਬਾਅਦ ਅੱਗੇ 6 ਵਾਲੀ ਜਾਲ, 2 ਵਾਲੀ ਜਾਲ, 7 ਵਾਲੀ ਜਾਲ, ਇਹ ਸਾਰੀਆਂ ਜਾਲਾਂ ਉੱਥੇ ਹੀ ਹਨ ਉਹਦੇ ਉੱਤੇ ਨੇ ਜਿਹੜਾ, ਜਿੱਥੇ ਤੇ ਦਰਖਤ ਆਣ ਨਾ, ਹਾਲਾਂਕਿ ਅੱਜ 18 ਜੇਠ ਜਿਹੜਾ ਨਾ ਜੋ ਕੁਝ ਵੀ ਹੋਵੇ ਭਾਵੇਂ ਬਾਰਿਸ਼ ਵੀ ਹੋਈ ਹੁੰਦੀ ਨਾ ਕੱਲ੍ਹ, ਅਤੇ ਅੱਜ ਜਿਹੜੀ ਗਰਮੀ ਹਿੱਦਤ ਹੋਣੀ ਆਈ ਰਾਜੇ, ਜਿੱਥੇ ਜਿੱਥੇ ਦਰਖਤ ਕੋ ਰੁੱਖ ਸ਼ੁੱਖ ਖਾਣ ਨਾ, ਆਲੇ ਦੁਆਲੇ ਕੋ ਫਸਲ ਸ਼ਸਲ ਵੀ ਆਈ, ਉੱਥੇ ਸਕੂਨ ਆ ਪੈਂਦਾ। ਅਤੇ ਅੱਗਾਂ ਪਿੱਛਾ ਲੱਗੇ ਤਾਂ ਬਹੁਤ ਸਾਰੀ ਜ਼ਿਆਦਤੀ ਇਹ ਹੋਈ ਹੋਈ ਆਈ ਕਿ ਸਰੂਟੇ ਨੂੰ ਅੱਗ ਲੱਗੀ ਹੋਈ ਆਈ 5-7 ਥਾਵਾਂ 'ਤੇ। ਅੱਛਾ ਬਈ ਕਰਮਾਂ ਵਾਲਿਆ ਕੋ ਹੋਰ ਅਗਰ ਬੂਟਾ ਨੋ ਲਾ ਸਕਦੇ ਤਾਂ ਯਾਰ ਅੱਗ ਕਿਉਂ ਲੈਂਦੇ ਪਏ। ਅਤੇ ਜਿਸ ਵੇਲੇ ਤੁਸੀਂ ਅੱਗ ਲੈਂਦੇ ਪਏ ਉਸ ਰੂਟੇ ਨੂੰ,
ਨਾਲ ਉਹਦੇ ਨਿੱਕੇ ਨਿੱਕੇ ਜਿਹੜੇ ਦਰਖਤ ਨੇ, ਨਿੱਕੇ ਨਿੱਕੇ ਜਿਹੜੇ ਜੰਮਦੇ ਪੈਣ, ਉਸ ਦੇ ਨਾਲ ਕੁਛ ਪੌਦੇ ਐਸੇ ਵੀ ਆਉਂਦੇ ਨੇ ਸ਼ਾਹ ਜੀ ਜਿਹੜੇ ਖੁਦ ਰੋ ਪੌਦੇ ਸੱਦਿਆ ਪੈਂਦਾ ਹੈ, ਕਾਬਲੀ ਕਿੱਕਰ ਆਖ ਲਓ। ਔਰ ਲਾਜ਼ਮੀ ਗੱਲ ਹੈ ਜਦੋਂ ਜ਼ਿਆਦਾਤਰ ਜਿਹੜਾ ਨਹਿਰਾਂ ਦੇ ਕਿਨਾਰੇ ਨਾ ਇਹਦੇ ਉੱਤੇ ਦੇਸੀ ਕਿੱਕਰ ਆਉਂਦਾ, ਦੇਸੀ ਕਿੱਕਰ ਦੀਆਂ ਜਦੋਂ ਫਲੀਆਂ ਡਾਂਦੀਆਂ ਨਾ, ਅਤੇ ਉਹ ਵਕਤ ਜਦੋਂ ਬੀਜ ਵਹਿੰਦਾ ਨਾਲ ਮਤਲਬ ਜ਼ਮੀਨ ਦੇ ਵਿੱਚ, ਤਾਂ ਉਹ ਛੋਟੇ ਪੌਦੇ ਜਿਹੜੇ ਨੇ ਉਹ ਲਾਜ਼ਮੀ ਨਿਕਲਦੇ ਨੇ, ਉਹ ਨਿਕਲਦੇ ਨੇ, ਅਤੇ ਉਹਨਾਂ ਦਾ ਵੀ ਜ਼ਿਆ ਹੁੰਦਾ। ਬਿਲਕੁਲ, ਉਹ ਵੀ ਜਾਨਣ ਅੱਲਾਹ ਪਾਕ ਦੀ, ਉਹ ਵੀ ਮਖਲੂਕ ਹੈ, ਅਤੇ ਉਹਨਾਂ ਦਾ ਵੀ ਜ਼ਿਆ ਹੁੰਦਾ। ਅਤੇ ਬਾਕੀ ਸ਼ਾਹ ਜੀ ਤੁਸੀਂ ਗੱਲ ਕੀਤੀ ਹੈ ਨਾ ਅੱਗ ਦੀ, ਬਿਲਾ ਸ਼ੁਬਾ ਤੁਸੀਂ ਇਹ ਗੱਲ ਕੀਤੀ ਹੈ ਕਿ ਹੋ ਸਕਦਾ ਲੋਕ ਆਪੇ ਇਸ ਦੌ ਇਹ ਜਿਹੜਾ ਹੁਣ ਮੌਸਮ, ਇਸ ਕਿਸਮ ਦਾ ਮੌਸਮ ਇਹਨਾਂ ਦਾ ਅਕਸਰ ਤੁਸੀਂ ਵੇਖਿਓ ਸੀ ਕਿ ਹੈਂਜ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ, ਯੂਰਪ ਵਿੱਚ ਜਾਂ ਇੱਦਿਆ ਦੇ ਏਸ਼ੀਆ ਜੰਗਲਾਂ ਵਿੱਚ, ਜੰਗਲਾਂ ਦੇ ਵਿੱਚ ਅਮੂਮਨ ਅੱਗ ਲੱਗ ਪੈਂਦੀ ਹੈ। ਉਹਦੇ ਵਿੱਚ ਇਹ ਵੇ ਕਿ ਜਿਹੜਾ ਸਰੂਟਾ ਹੁੰਦਾ ਹੈ ਨਾ, ਇਹ ਇੱਕ ਅਜਿਹੀ ਚੀਜ਼ ਹੈ ਕਿ ਇਹ ਜਦੋਂ ਸੁੱਕ ਵੰਜੇ ਨਾ, ਅਤੇ ਇਹ ਇੰਜ ਸਮਝੋ ਕਿ ਆਪ ਮਾਚਸ ਹੈ, ਥੋੜ੍ਹੀ ਜਿਹੀ ਹਰਾਰਤ ਚਾਹੀਦੀ ਹੈ। ਉਹ ਤਾਂ ਜਿਹੜਾ ਸਾਵਾ ਸਰੂਟਾ ਹੈ ਜਾਂ ਤੇ ਵੱਲਾ ਬਖੁਦਾ ਮੈਨੂੰ ਬੜੀ ਤਕਲੀਫ ਵਿੱਚ, ਸਰੂਟਾ ਕੁਝ ਸਾਵਾ ਹੋਇਆ ਕੁਝ ਮਤਲਬ ਇਹ ਸੁੱਕ ਵੰਜਦੇ ਨੇ। ਅੱਛਾ, 116 ਜਾਲ ਜਿਹੜੀ ਹੈ ਉੱਥੇ ਜਨਾਬ, ਇੱਕ ਸੁਰਗੋਤੇ ਦੀ ਬੜੀ ਸੌਗਾਤ ਆ ਜੀ ਜਨਾਬ, ਵੇਖੀ ਉੱਥੇ ਇੱਕ ਬਜ਼ੁਰਗ ਹਨ, ਉਹਨਾਂ ਦਾ ਨਾਮ ਹੈ ਬਾਬਾ ਰਸ਼ੀਦ। ਉਹ ਜਲੇਬੀ ਕੱਢਦੇ ਨੇ ਤਾਂ ਲਿਖ ਜਾ, ਆਮ ਜਲੇਬੀਆਂ ਨਾਲ ਹੈ ਤਾਂ ਮੱਗ ਗਈ। ਅੱਛਾ, ਲੇਕਿਨ ਜਲੇਬੀ ਬੜੀ ਸਵਾਦੀ, ਉਹਦੇ 'ਚ ਖਾਸੀਅਤ ਸ਼ਾਹ ਜੀ ਕੇ ਵੇ ਯਾਰ ਬਈ, ਉਹ ਤਾਂ ਕੋਈ ਸਵਾਦ ਹੀ ਵੱਖਰਾ ਆ ਗਿਆ, ਇੰਝ ਮਲੂਮ ਹੁੰਦਾ ਜਿਵੇਂ ਸ਼ਹਿਦ ਦਾ ਜ਼ਾਇਕਾ ਹੈ। ਹਾਂ, ਅੱਛਾ, ਮਤਲਬ ਉਹਦਾ ਜਿਹੜਾ ਸ਼ੀਰ ਹੈ ਉਹਦੇ ਵਿੱਚ ਕੋਈ ਉਸ ਮਖਸੂਸ ਕਿਸਮ ਦੀ, ਉਹਦੇ ਵਿੱਚ ਉਹਦਾ ਕੋਈ ਫਾਰਮੂਲਾ ਹੁੰਦਾ? ਫਾਰਮੂਲਾ ਇੰਝ ਹੈ ਕਿ ਬੱਚਾ ਉਹਨਾਂ ਦਾ ਨਸੀਰ ਨਾਂ ਦਾ, ਉਹ ਵੀ ਬੈਠਾ ਆ ਬਜ਼ੁਰਗ ਤੇ ਆਣ ਕੋਈ ਨਾ ਵੱਧ, ਅਸੀਂ 10 ਮਿੰਟ ਉੱਥੇ ਬੈਠੇ, ਉੱਥੇ ਚਾਹ ਪੀਤੀ, ਅਤੇ ਉੱਥੇ ਇੱਕ ਰੁੱਖ ਜਿਹੜਾ ਨਾ ਦੇਸੀ ਕਿੱਕਰ, ਬਾਜਵਾ ਸਾਹਿਬ ਉਚੇਚਾ ਮੈਨੂੰ ਵਿਖਾਇਆ ਕਿ ਐਸ਼ਾ ਜੀ ਰੁੱਖ ਵੇਖੋ। ਉਹਦੀ ਮੈਂ ਉਮਰ ਦਾ ਪੁੱਛਿਆ, ਮੈਂ ਕਿਹਾ ਅੰਦਾਜ਼ਨ ਇਸ ਦੀ ਉਮਰ ਕਿਤਨੀ, ਅਤੇ ਬਾਜਵਾ ਸਾਹਿਬ ਆਖਿਆ ਕਿ ਸ਼ਾਹ ਜੀ ਮੈਂ ਤਸੱਲੀ ਨਾਲ ਆਖ ਸਕਦਾ ਕਿ ਇਸ ਰੁੱਖ ਦੀ ਉਮਰ ਮੇਰੇ ਨਾਲ ਵੱਡਾ ਹੈ। ਅੱਛਾ, ਮੈਂ ਕਿਹਾ ਨਾਰਮਲੀ ਹੈ ਤਾਂ ਮਤਲਬ 50 ਸਾਲਾਂ ਤੋਂ ਤਾਂ ਉੱਤੇ ਦਾ ਹੋਇਆ। ਉਹਨਾਂ ਕਿਹਾ ਜੀ 50 ਤੋਂ ਵੀ ਤੁਸੀਂ ਮਤਲਬ ਕਿ ਇਸ ਨੂੰ 70 ਸਾਲ ਦਾ ਉਹ ਦੇਸੀ ਕਿੱਕਰ ਹੈ, ਅਤੇ ਹੁਣ ਉਹ ਸੁੱਕ ਕੇ ਰਿਓੜੀ, ਪੰਜਾਬੀ ਦਾ ਇੱਕ ਮਿਸਾਲ ਹੈ ਕਿ ਬਈ ਬਾਲਣ ਨਹੀਂ ਲਿਆਉਂਦਾ, ਇੰਝ ਜਿਵੇਂ ਰਿਓੜੀਆਂ ਹੁੰਦੀਆਂ, ਮਤਲਬ ਹੈ ਕਿ ਐਡਾ ਉਹ ਕੜਾਕੇਦਾਰ ਹੋਇਆ ਪਿਆ। ਅਤੇ ਉਹ ਵੀ ਵੇਖਿਆ ਮੈਂ, ਬੜੇ ਬੜੇ ਰੁੱਖ ਵੇਖੇ, ਬੜਾ ਮਜ਼ਾ ਆਇਆ ਉਸ ਏਰੀਏ ਦੇ ਵਿੱਚ। ਅਤੇ ਜਿਹੜਾ ਖਾਸ ਕਰਨ ਜਿਹੜੀ ਇੱਕ ਚੀਜ਼ ਗਲਤ ਹੁੰਦੀ ਵੇਖੀ ਹੈ ਨਾ, ਉਹ ਇਹ ਗਲਤ ਹੁੰਦੀ ਵੇਖੀ ਹੈ ਕਿ ਜਿਤਨੇ ਵੀ ਪੁਲ ਅਤੇ ਜਿਤਨੀਆਂ ਵੀ ਜਾਲਾਂ ਹਨ ਨਾ, ਉਹਦੇ ਉੱਤੇ ਨੌਜਵਾਨ ਤਬਕਾ ਇਤਨਾ ਕਾਜੀ ਦਿਨ ਤਾਂ ਆਏ ਕੋਈ ਨਹੀਂ। ਅੱਛਾ, ਸਵਿਮਿੰਗ ਕਾਸਟ ਮੈਂ ਰਖਾ ਲਿਓ, ਇੱਕ ਨਹਾਉਣੇ ਵਾਸਤੇ ਕੱਛਾ ਸਪੈਸ਼ਲ ਹੁੰਦਾ, ਉਹ ਜੀ ਕੱਛੇ ਗੱਤੇ ਹੋਏ ਨੇ, ਕੋਈ ਕਿਸੇ ਕੋਲ ਇਤਿਹਾਤੀ ਤਦਾਬੀਰ ਨਹੀਂ, ਕੋਈ ਕਿਸੇ ਕੋਲ ਟਿਊਬ ਨਹੀਂ, ਕੋਈ ਐਸੀ ਗੱਲ ਨਹੀਂ ਕੋਈ ਨਾ, ਅਤੇ ਜਨਾਬ ਉਹ ਮੌਰ ਦੌੜ ਇੱਦੂ ਜਨਾਬ ਟੱਪਦੇ ਨੇ ਅਤੇ ਉਦੋਂ ਟੱਪਦੇ ਨੇ ਪਏ। ਮੈਨੂੰ ਜਿਹੜਾ ਨਾ ਇਹ ਜਿਹੜਾ ਰਾਜ ਜੀ ਮੈਨੇ ਚੰਗਾ ਨਹੀਂ ਲੱਗਾ। ਅੱਛਾ, ਇਹਦੇ ਨਾਲ ਨਾਗਹਾਨੀ ਆਫਤ ਦਾ ਇਮਕਾਨ ਹੈ, ਮਤਲਬ ਇੱਕ ਪਾਣੀ 'ਚ ਨਾਣ, ਜਾਂ ਤਾਂ ਤੁਸੀਂ ਘੱਟੋ ਘੱਟ ਕੋਈ ਚੀਜ਼ ਐਸੀ ਇਸਤੇਮਾਲ ਕਰੋ ਕਿ ਜਿਹਦੇ ਵਿੱਚ ਡੁੱਬਣ ਦਾ ਇਮਕਾਨ ਨਾ ਹੋਵੇ। ਸ਼ਾਹ ਜੀ ਮੈਂ ਅਗਰ ਇੰਝ ਪਿੱਛੇ ਲੱਗੇ ਵੰਜੀਏ ਨਾ ਆਪਣੀ ਰਹਿਤ ਦੇ ਵਿੱਚ, ਤਾਂ ਹੁਣ ਤਾਂ ਨਹਿਰਾਂ ਬਣ ਗਈਆਂ ਪੱਕੀਆਂ ਜੀ, ਉਸ ਵਕਤ ਕੱਚੀਆਂ ਨਹਿਰਾਂ ਆਉਂਦੀਆਂ। ਅੱਛਾ ਅੱਛਾ, ਜਦੋਂ ਕੱਚੀ ਨਹਿਰ ਹੁੰਦੀ ਆਈ ਤਾਂ ਵੱਧ ਤੋਂ ਉਸ ਉਹ ਡੁਘਿਆਈ ਵੀ ਜਿਹੜੀ ਨਾ ਕਿਸੇ ਜਗ੍ਹਾ ਤੋਂ ਨਾ ਹਮਵਾਰ ਜਿਹੀ ਹੁੰਦੀ ਆਈ, ਮਤਲਬ ਕਿਸੇ ਜਗ੍ਹਾ ਤੋਂ ਡੂਗੀ ਉਹ ਜਿਹਦੇ ਵਿੱਚ ਮਾਲ ਵੀ ਵੜ ਪੈਂਦਾ। ਅੱਛਾ, ਕਿਸੇ ਜਗ੍ਹਾ ਤੋਂ ਡੂਗੀ ਹੋ ਗਈ, ਕਿਸੇ ਜਗ੍ਹਾ ਤੋਂ ਉਚਾਈ ਹੋਈ ਹੈ ਕਰਕੇ, ਅਤੇ ਉਹ ਸਾਨੂੰ ਪਤਾ ਹੁੰਦਾ ਹੀ ਕਿ ਇਸ ਜਗ੍ਹਾ 'ਤੇ ਥੋੜ੍ਹਾ ਪਾਣੀ ਹੈ,
ਅਤੇ ਉਸ ਵਕਤ ਬਕਾਇਦਾ ਤੌਰ 'ਤੇ ਇਹ ਹਿਸਾਬ ਹੁੰਦਾ ਸੀ ਕਿ ਜਿਹੜੇ ਨਵੇਂ ਨਾਵਣ ਵਹਿੰਦੇ ਆ ਸਿੰਧਾ ਸੀ ਛੋਰ ਜਿੰਨ ਜਿਹੜੇ ਕਿ ਤੈਰਾਕੂ ਨਾ ਨਹਾਉਂਦੇ ਅੱਜ ਤੱਕ, ਤਾਂ ਉਹ ਖਾਲੇ ਜਿਹੜੇ ਨਿਕਲਦੇ ਹੋਏ ਆਉਂਦੇ ਹਨ ਉਹਦੇ ਵਿੱਚ ਪਹਿਲੇ ਅਸੀਂ ਨਹਾਉਂਦੇ ਹਾਂ ਸੀ ਕੁਛ ਅਰਸਾ, ਉਹਦੇ ਵਿੱਚ ਤਰਨਾ ਖਾਲੇ ਵੀ ਕੱਚੇ ਆਉਂਦੇ ਹਨ ਔਰ ਖਾਲੇ ਵੀ ਚੰਗੇ ਵਡੇਰੇ 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 ਉਹਦੇ ਵਿੱਚ ਇਹ ਵੇ ਕਿ ਡਬੁਕੀਆਂ ਮਾਰਨੀਆਂ ਵੱਧ ਤਰਨ ਸਿੱਖਣਾ ਜਦਾਂ ਸਹੀ ਕਰਕੇ ਅਤੇ ਤਰਨਾ ਵੱਧ, ਇੱਕ ਹੋਰ ਚੀਜ਼ ਆਉਂਦੀ ਹੈ ਅੱਲਾਹ ਅਕਬਰ ਕਬੀਰ ਕਿ ਜਦਾਂ ਤੁਸੀਂ ਨਹਿਰ ਦੇ ਵਿੱਚ ਜਿਸ ਦਿਹਾੜੇ ਤੁਸੀਂ ਨਾਵਣਾ ਹੈ ਨਾ ਉਸ ਦਿਹਾੜੇ ਪੰਜ ਸੱਤ ਦੋਸਤ ਤੁਹਾਡੇ ਜਿਹੜੇ ਨੇ ਉਹ ਤੁਹਾਡੀ ਨਿਗਰਾਨੀ 'ਤੇ ਹੁੰਦੇ ਹਨ, ਉਹ ਆਖਦੇ ਹਨ ਕਿ ਅੱਜ ਇਸ ਜਨਾਬ ਨਹਿਰ 'ਚ ਨਾਵਣਾ ਹੈ ਅਤੇ ਉਹ ਆਸੇ ਪਾਸੇ ਹੁੰਦੇ ਹਨ, ਪਿਆਰ ਮੁਹੱਬਤਾਂ ਦਾ ਦੌਰ ਆ ਉਹ ਸ਼ਾਹ ਜੀ। ਅੱਜ ਕੱਲ੍ਹ ਤਾਂ ਅਸਾਂ ਵੇਖਿਆ ਕਿ ਪੰਜਾਹ ਪੰਜਾਹ ਛੋਰ ਨਹਾਉਂਦਾ ਪਿਆ ਅਤੇ ਵਿੱਚ ਜਨਾਬ ਕੋਈ ਸ਼ੋਦਾ ਡੁੱਬ ਜਾਂਦਾ ਪਤਾ ਹੀ ਨਹੀਂ ਲੱਗਦਾ, ਅਤੇ ਉਹ ਮੈਂ ਬਤੂ ਇਹ ਗੱਲ ਸੁਚੇਂਦਾ ਹੁੰਦਾ, ਮੈਂ ਆਖਦਾ ਕਿ ਯਾਰ ਉਹ 49 ਬੰਦੇ ਪੰਜਾਹ ਦੇ ਵਿੱਚੋਂ ਉਹ ਕੀ ਕਰ ਰਹੇ ਹਨ ਕਿ ਉਹਨਾਂ ਦੇ ਹੱਥਾਂ ਦੇ ਵਿੱਚੋਂ ਹੀ ਬੰਦਾ ਡੁੱਬ ਗਿਆ, ਛੋਰ ਡੁੱਬ ਗਿਆ ਅਤੇ ਉਹਦੀ ਲਾਸ਼ ਵਾਂ ਲੱਦੀ ਹੈ ਤਾਂ ਉਹ ਸ਼ਾਹ ਨਿਕਡਰ ਵਾਲੀ ਸਾਈਡ ਤੋਂ ਵਾਂ ਲੱਦੀ। ਇੱਕ ਹੋਰ ਚੀਜ਼ ਰਾਜ, ਕਈ ਦਫ਼ਾ ਜਾਣ ਬੁੱਝ ਕੇ ਇਹੋ ਜਿਹੇ ਕੰਮ ਕੀਤੇ ਜਾਂਦੇ ਅਤੇ ਅੱਲਾ ਕਰੀਮ ਇਹੋ ਜਿਹਾ ਵਕਤ ਨਾ ਲਿਆਵੇ। ਅੱਜ ਕੱਲ੍ਹ ਕੋਈ ਮੈਂ ਅਗਲੀ ਦੁਆਰ ਇੱਕ ਵੀਡੀਓ ਵੇਖਦਾ ਪਿਆ ਸੀ, ਪੁਰਾਣੀ ਵੀਡੀਓ ਵੀ ਇੱਕ ਨਵੀਂ ਵੀ ਕਿ ਜਨਾਬ ਸ਼ਰਤ ਲਾਈਏ ਦਰਿਆ ਇਸ ਸਾਈਡ 'ਤੇ ਕੋਈ ਗਲਗਿੱਤ ਵਾਲੀ ਸਾਈਡ 'ਤੇ ਦਰਿਆ ਹੈ ਅਤੇ ਉਹਦੇ ਵਿੱਚ ਉਸ ਆਖਿਆ ਜੀ ਤੂੰ ਹੈ ਅਗਰ ਲੜ ਤਰ ਕੇ ਪਾਰ ਵੰਜੇ ਨਾ ਤਾਂ ਮੈਂ ਤੈਨੂੰ ਮੋਬਾਈਲ ਦੇ ਸਾਂ, ਅਤੇ ਅੱਜ ਕੱਲ੍ਹ ਦੀ ਵੱਧ ਨਸਲ ਜਿਹੜੀ ਤੋਂ ਮੋਬਾਈਲਾਂ 'ਤੇ ਤਾਂ ਜਾਨ ਦਿੰਦੀ ਹੋਈ, ਉਸ ਮਾਰੀ ਛਾਲ 'ਤੇ ਜਨਾਬ ਕੋਈ ਨਾ ਪਾਣੀ ਤੇਜ਼ ਵਹਾਓ ਆਈ ਬੰਦਾ ਲਗਾ ਗਿਆ ਛੋਰ ਹੈ ਯੰਗ ਛੋਦਾ ਬਿਲਕੁਲ ਮੋਬਾਈਲ ਤਾਂ ਬਸ ਆ ਲੰਘਿਆ ਜੀ ਆ, ਤਾਂ ਉਹ ਦੋਸਤਾਂ ਦੋ ਤਰੇ ਬਾਅਦ ਫੱਦੇ ਗਏ ਕਹਿੰਦਾ ਤੌਰ 'ਤੇ ਉਹ ਤੁਸੀਂ ਦੱਸਦੇ ਪਏ ਹੋ। ਇੱਕ ਸ਼ਾਹ ਜੀ ਹੋਰ ਚੀਜ਼ ਅੱਜ ਦੀ ਨਸਲ 'ਚ ਮੈਂ ਵੇਖੀ ਹੈ, ਜਿਵੇਂ ਤੁਸੀਂ ਹੁਣ ਕੱਛਿਆਂ ਦੀਆਂ ਗੱਲਾਂ ਕੀਤੀਆਂ ਨਾ, ਇਹਦੇ ਵਿੱਚੋਂ ਗੱਲਾਂ 'ਚੋਂ ਗੱਲਾਂ ਨਿਕਲਦੀਆਂ ਅਤੇ ਇੱਕ ਅਗਲੀ ਦੁਆਰ ਇੱਕ ਬੰਦਾ ਜਿਹੜਾ ਨਾ ਸਕੂਲ ਇੱਕ 'ਤੇ ਵੰਜਣ ਹੋਇਆ ਅਤੇ ਲੜਕੀਆਂ ਦਾ ਸਕੂਲ ਆਏ ਅਤੇ ਮੁਖਤਲਿਫ ਆਪਣੇ ਧੀਆਂ ਭੈਣਾਂ ਨੂੰ ਲੈਣ ਵਾਸਤੇ ਛੋਰ ਵੀ ਆਏ ਹਨ, ਕੋਈ ਪਿਓ ਆਪਣੀ ਧੀ ਨੂੰ ਲੈਣ ਆਏ ਆ, ਕੋਈ ਵਿਰਾਹ ਲੈਣ ਆਏ ਆ। ਅੱਛਾ ਜ਼ਿਆਦਾਤਰ ਅਸਾਂ ਵੇਖੇ ਅੱਜ ਦੀ ਨਸਲ ਦੇ ਜਿਹੜੇ ਹੈ ਮਗਰਬੀ ਸਟਾਈਲ ਛੋਕਰੇ ਜਿਹੜੇ ਅਤੇ ਉਹਨਾਂ ਜਨਾਬ ਕੱਛੇ ਪਾਏ ਹਨ, ਅੱਛਾ ਬੜੇ ਬੇਹੂਦਾ ਜਿਹੇ ਕੱਛੇ, ਕੱਛੇ ਵੀ ਆਉਂਦੇ ਨੇ ਚਲੋ ਗੋਡਿਆਂ ਤਾਂ ਹੀ ਹੋਇਆ ਜੋ ਬਿਲਕੁਲ ਐਨ ਜਿਹੜੇ ਛੋਟੇ ਛੋਟੇ ਕੱਛੇ ਅਤੇ ਉਹਨਾਂ ਦੇ ਉੱਤੇ ਮੋਟਰਸਾਈਕਲਾਂ 'ਤੇ ਆ ਕੇ ਖਲੋਤੇ, ਲੋਕਾਂ ਦੀਆਂ ਧੀਆਂ ਭੈਣਾਂ ਨਿਕਲਦੀਆਂ ਪਈਆਂ ਵੇਖਦੀਆਂ ਪਈਆਂ ਜਨਾਬ ਤੌਬਾ ਕਰੀਏ। ਤਾਂ ਬਜ਼ੁਰਗ ਇੱਕ ਬੜਾ ਜਿਹੜਾ ਨਾ ਜੀ ਉਹ ਵਿਚਾਰਾ ਘੁੜਦਾ ਖਲੋਤਾ ਅਤੇ ਮੈਂ ਵੀ ਉੱਥੇ ਖਲੋਇਆ ਸੂੰ, ਮੈਂ ਵੀ ਕਿਸੇ ਕੰਮ ਗਏ ਹੋਇਆ ਸੂੰ, ਉਹ ਜਨਾਬ ਉਸ ਮੈਂ ਗੱਲ ਕੀਤੀ, ਉਹ ਆਖਿਆ ਜਾਣੇ ਯਾਰ ਵੇਖ ਅੰਦਾਜ਼ਾ ਕਰੋ ਧੀਆਂ ਭੈਣਾਂ ਇਹਨਾਂ ਦੀਆਂ ਔਰ ਇਹਨਾਂ ਨੂੰ ਪਤਾ ਵੀ ਹੈ ਕਿ ਸਾਡੀ ਧੀ ਥਾਂ ਪੜ੍ਹਨ ਆਈ ਹੋਈ ਹੈ ਅਤੇ ਲੇਕਿਨ ਬੇਹੂਦਾ ਲਿਬਾਸ ਪਾ ਕੇ ਅਤੇ ਆ ਕੇ ਇਹ ਲੈਣ ਧੀਆਂ ਭੈਣਾਂ ਨੂੰ ਆ ਕੇ ਖਲੋ ਰਹੇ ਨੇ। ਇਹਦੇ ਵਾਸਤੇ ਰਾਜ ਜੀ ਮਾਜ਼ਰਤ ਨਾਲ ਕਥਾ ਕਲਾਮੀ ਹੁੰਦੀ, ਇਹਦੇ ਵਾਸਤੇ ਤੁਹਾਡੇ ਅੰਦਰ ਅਹਿਸਾਸ ਔਰ ਥੋੜ੍ਹਾ ਜਿਹਾ ਬਾਹਯਾਤ ਤਰਬੀਅਤ ਔਰ ਥੋੜ੍ਹਾ ਜਿਹਾ ਗੈਰਤ ਦਾ ਮਾਤਾ ਇਹ ਤਰ੍ਹਾਂ ਵਿਚਾਰੇ ਚੀਜ਼ਾਂ ਹੁਸਣ ਤਾਂ ਤੁਸੀਂ ਕਰੋਗੇ, ਨਹੀਂ ਤਾਂ ਨਹੀਂ ਕਰੋਗੇ। ਤਾਂ ਰਾਜ ਜੀ ਇੱਕ ਹੋਰ ਗੱਲ ਹੋ, ਜਿੱਦਤ ਸਾਡੇ ਨਾਲ ਕੇ ਕੀਤਾ ਜੀ, ਮੈਨੂੰ ਮੈਂ ਪਰਸੋਂ ਗਿਆ ਜਿਹੜਾ ਢੇਲਾ ਤਾਂ, ਅੱਛਾ ਮੈਨੂੰ ਚਾਹੀਦਾ 150 ਵਾਟ ਦਾ ਬਲਬ ਟੈਸਟਿੰਗ ਲੈਂਪ ਵਾਸਤੇ, ਕੁਝ ਕੰਮ ਕਰਨਾ ਕੁਝ, ਉਹ ਕੰਸੋਲ ਥੋੜੀ ਜਿਹੀ ਪੁਰਾਣੇ ਬਲਬ ਜਿਹੜੇ ਆਂਸ਼ਾ ਜੀ ਉਹ ਰਾਡ ਵਾਲੇ, ਹਾਂ ਉਹ ਗੋਲ ਸਪਰਿੰਗ ਟੈਪ ਜਿਹੜੇ ਹੁੰਦੇ ਆ ਉਹ ਟੈਸਟਿੰਗ ਲੈਂਪ ਵਾਸਤੇ ਨਾ, ਉਹ ਮੈਂ ਕੰਸੋਲ ਚੈੱਕ ਕਰਨੀ ਆਈ ਤੇ ਆਮ ਮੀਟਰ ਸ਼ੀਟਰ ਲੀਕੇਜ ਨਹੀਂ ਦੱਸਦੇ, ਉਹ ਬੜੀ ਐਕੂਰੇਸੀ ਹੁੰਦੀ। ਉਹ ਮੈਂ ਗਿਆ ਅੱਗਾ ਪਿੱਛਾ ਫਿਰਦਿਆਂ ਫਿਰਦਿਆਂ ਜਨਾਬ ਪਹਿਲਾਂ ਕੋਈ ਕਿਸੇ ਕੋਲ ਵੀ ਨਾ ਲੱਭੇ, ਆਖਿਆ ਜੀ 100 ਦਾ ਹੈ ਮੇਰੇ ਕੋਲ, 150 ਦਾ ਉਸ ਆਪਣੇ ਸਿਸਟਮ ਦੇ ਉੱਤੇ ਲਾਇਆ। ਮੈਂ ਆਖਿਆ ਯਾਰ ਅਗਰ ਤੂੰ ਇੰਝ ਕਰ ਮੈਨੂੰ ਦੇ ਦੇ,
ਉਸ ਆਖਿਆ ਜੀ ਸ਼ਾਹ ਜੀ ਇਹ 100 ਦਾ ਬਲਬ ਜਿਹੜਾ ਨਾ ਇਹ ਮੈਂ ਤੁਹਾਨੂੰ 150 ਦਾ ਦੇਣਾ। ਉਹ ਕਿਉਂ ਬਾਈ? 100 ਵਾਟ ਦਾ ਜਦੋਂ ਪੂਰੇ ਸੁਰਗੋ ਦੇ ਚ ਮਿਲ ਹੀ ਨਹੀਂ ਰਿਹਾ, ਕੋ 3-4 ਜਗ੍ਹਾ ਨੇ ਜਿੱਥੋਂ ਬੰਦ ਹੋ ਗਏ, ਖਤਮ ਨਹੀਂ ਬੰਦ ਹੋ ਗਿਆ ਕੋਈ ਸ਼ਾਹ ਰੋਲਾ ਦੇ ਤੇ ਸੇਲ ਖਤਮ ਹੋ ਗਈ ਨਾ। ਅੱਛਾ ਉਹ ਮੈਂ ਨਾ ਕਿਹਾ ਯਾਰ ਉਹ ਸਕਿਆ ਜੀ ਕਦੀ ਮੈਨੂੰ 1000 ਵੀ ਦਿਓ ਨਾ ਤਾਂ ਸ਼ਾਹ ਜੀ ਮੈਂ ਕੋਈ ਨਹੀਂ ਦੇਣਾ। ਅੱਛਾ ਕਿਉਂ? ਕਿਉਂਕਿ ਮੇਰੀ ਆਪਣਾ ਮੇਰਾ ਔਜ਼ਾਰ ਖਤਮ ਹੋ ਜਾ ਸੀ। ਮੈਂ ਕਿਹਾ ਚਲੋ ਮੈਂ ਉਹ ਛੋਟਾ ਲਿਆ ਅਤੇ ਉਹਦੇ ਨਾਲ ਨਾ, ਮੈਂ ਕਿਹਾ ਚਲੋ ਜੀ ਕਰੀਮ ਮਾਲਕ ਤੁਹਾਡੇ ਰਿਜ਼ਕ ਔਰ ਇੱਜ਼ਤ ਵਿੱਚ ਬਰਕਤ ਪਾਏ ਤੇ ਰੱਬ ਰਾਖਾ। ਕੋਲ ਇੱਕ ਹੋਰ ਬੰਦਾ ਬੈਠਾ ਆ ਅਤੇ ਉਸ ਜਨਾਬ ਵਾਲਾ, ਉਹ ਸਕਿਆ ਜੀ ਗੱਲ ਹੈ ਤੁਸੀਂ ਗੱਲਾਂ ਇੰਝ ਕਰਦੇ ਹੋ ਕਿਉਂਕਿ ਜ਼ਿਲ੍ਹੇ ਸ਼ਾਹ ਨਾਂ ਦਾ ਬੰਦਾ ਉਹ ਗੱਲਾਂ ਇੰਦੀਆਂ ਕਰਦਾ। ਮੈਂ ਆਖਿਆ ਜੀ ਉਹ ਜ਼ਿਲ੍ਹੇ ਸ਼ਾਹ ਕੌਣ ਨੇ? ਉਹਨੇ ਆਖਿਆ ਜੀ ਰੇਡੀਓ 'ਤੇ। ਮੈਂ ਆਖਿਆ ਜ਼ਿਲ੍ਹੇ ਸ਼ਾਹ ਤਾਂ ਨਹੀਂ ਹੈ, ਕੋਈ 2-4 ਵਾਰੀ ਸ਼ਾਇਦ ਜ਼ਿਲ੍ਹੇ ਸ਼ਾਹ ਆਇਆ। ਮੈਂ ਕਿਹਾ ਉਹ ਆਉਂਦਾ ਮਹਿਮਾਨ ਦੀ ਹੈਸੀਅਤ ਨਾਲ ਆਇਆ ਉਸ, ਇਹ ਨਹੀਂ ਜੀ ਉਹ ਸ਼ਾਹ ਹੋ ਰਹੇ ਨੇ ਤਾਂ ਉਹ ਕੋਈ ਇਹੋ ਜਿਹੀਆਂ ਗੱਲਾਂ ਕਰਦੇ ਨਹਾਤੇ ਨੇ ਕਿ ਰਿਜ਼ਕ ਇੱਜ਼ਤ 'ਚ ਬਰਕਤ ਪਾਏ। ਮੈਂ ਆਖਿਆ ਜੀ ਤੁਸੀਂ ਅਜੀ ਮੈਂ 2-4 ਵਾਰੀ ਪ੍ਰੋਗਰਾਮ ਸੁਣਿਆ। ਮੈਂ ਚਲੋ ਜੀ ਅੱਲਾ ਕਰੀਮ ਤੁਹਾਡੇ ਵੀ ਰਿਜ਼ਕ 'ਚ ਬਰਕਤ ਪਾਵੇ। ਉਹ ਸਕੇ ਜੀ ਮੈਂ ਕਿਹਾ ਵੀ ਕੀ ਚਾਹੁੰਦੇ ਹੋ ਕਿ ਵੀ ਤੁਹਾਡਾ ਨਾਂ ਅਗਰ ਪ੍ਰੋਗਰਾਮ ਵਿੱਚ ਆ ਜਾਓ। ਸਕੇ ਜੀ ਬਾਤ ਬੜੀ ਗੱਲ ਹੈ। ਉਸ ਬੰਦੇ ਜਨਾਬ ਕਾਗਜ਼ ਪੈਨਸਲ ਲੱਭਿਆ ਅਤੇ ਦੁਕਾਨ ਵਾਲੀ ਸ਼ਖਸੀਅਤ ਜਿਹੜੀ ਆਈ ਉਹਨਾਂ ਦਾ ਨਾਂ ਹਜੀ ਤਨਵੀਰ ਸਾਹਿਬ ਇਲੈਕਟ੍ਰਿਕ ਦਾ ਕੰਮ ਕਰਦੇ ਨੇ ਟੇਲਾ 'ਤੇ, ਔਰ ਅਨਕਰੀਬ ਸ਼ਾਇਦ ਦੁਬਾਰਾ ਜਹਾਜ਼ 'ਤੇ ਬਾਣ ਦਾ ਮੂਡ ਨਾ, ਨਾਲ ਉਹਨਾਂ ਦੇ ਅਰਸ਼ਦ ਸ਼ਾਹ ਸਾਹਿਬ ਆਣ ਅਤੇ ਜਿਹੜੇ ਉਹਨਾਂ ਕਾਗਜ਼ ਪੈਨਸਲ ਲੈ ਕੇ ਜਿਹਨਾਂ ਲਿਖਿਆ ਨਾ ਉਹਨਾਂ ਦਾ ਨਾਂ ਮੁਹੰਮਦ ਜ਼ਮਾਨ। ਯਾਰ ਰਾਜ ਮੈਨੂੰ ਆਪਣਾ ਤਖਤੀ ਵਾਲਾ ਦੌਰ ਯਾਦ ਆ ਗਿਆ। ਅੱਛਾ ਤੁਸੀਂ ਮਤਲਬ ਹੈ ਕਿ ਗਵਾਹੀ ਅਤੇ ਸਬੂਤ ਦੇ ਤੌਰ 'ਤੇ ਤੁਹਾਨੂੰ ਮੈਂ ਕੀ ਦੱਸਾਂ, ਉਸ ਬੰਦੇ ਯਾਰ ਪੈਨਸਲ ਨਾਲ ਇੰਝ ਲਿਖਿਆ ਕਿ ਕਲਮ ਤਾਂ ਜਿਹੜਾ ਕੱਤ ਨਹੀਂ ਹੁੰਦਾ ਉਹਦੇ ਨਾਲੋਂ ਵੀ ਸਵਾਦੀ। ਮੈਂ ਕਿਹਾ ਜੀ ਗੱਲ ਹੈ ਕਿ ਵੀ ਆਹ ਜਿਹੜਾ ਤੁਸੀਂ ਲਿਖਿਆ ਨਾ ਮੈਨੂੰ ਇਹਦੇ ਤੋਂ ਬੜਾ ਸਵਾਦ ਆਇਆ। ਉਹਨਾਂ ਆਖਿਆ ਜੀ ਉਹ ਬਾਹਰ ਜਿਹੜਾ ਬੋਰਡ ਲਿਖਾ ਖੜਾ ਨਾ ਤਲਬ ਇਲੈਕਟ੍ਰੋਨਿਕਸ ਅਤੇ ਤਲਬ ਇਲੈਕਟ੍ਰਿਕ ਇਹ ਵੀ ਮੇਰੇ ਹੱਥ 'ਤੇ ਲਿਖਿਆ ਹੈ। ਅਤੇ ਮੈਂ ਕਿਹਾ ਕਿਆ ਤੁਸੀਂ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਕਿ ਬਈ ਇਹ ਉਹਨਾਂ ਦੀ ਰਾਈਟਿੰਗ ਵੇਖੋ ਅਤੇ ਸਾਡੇ ਕੋਲ ਜਿੱਦਤ ਨੇ ਕੰਪਿਊਟਰ ਨੇ ਆਉਣ ਨਾਲ। ਵਾਹ ਵੇਖੋ ਤੁਸੀਂ ਇੰਝ ਮਲੂਮ ਹੁੰਦਾ ਕਿ ਜਿਵੇਂ ਕੱਟੀ ਕਲਮ ਦੇ ਨਾਲ ਲਿਖਿਆ। ਮੁਹੰਮਦ ਜ਼ਮਾਨ ਉਹਨਾਂ ਦਾ ਨਾਮ, ਮੁਹੰਮਦ ਜ਼ਮਾਨ ਹੈ ਜਨਾਬ ਅਤੇ ਹਾਜੀ ਤਨਵੀਰ ਹੁਸੈਨ ਇਲੈਕਟ੍ਰੀਸ਼ਨ ਹਨ। ਯਾ ਇਹਨਾਂ ਦੇ ਨਾਲ ਅਰਸ਼ਦ ਅਲੀ ਸ਼ਾਹ ਚੱਕ ਨੰਬਰ 48 ਸ਼ਮਾਲੀ ਸਰਗੋਦਾ। ਬਾਬਾ ਨਜ਼ੀਰ ਡਾਂਗ ਲੈ ਕੇ ਬੈਠਾ ਹੋ ਸਕਾ ਮੇਰਾ ਨਾਂ ਨਾ ਲਿਆ ਤਾਂ ਕੰਮ ਖਚਕ ਸੀ। ਅੱਛਾ ਇੱਕ ਹੋਰ ਕੰਮ ਜੀ, ਮੈਂ ਜੀ ਕੱਲ੍ਹ ਲਿਖੀ ਡਾਕਟਰ ਕੋਲ ਜਾਣਾ ਪਿਆ, ਮੈਨੂੰ ਪਿੱਤੇ ਹੀ ਤਕਲੀਫ ਹੋਣ ਲੱਗ ਪਈ। ਡਾਕਟਰ ਸਾਹਿਬ ਕੋਲ ਮੈਂ ਗਿਆ, ਉਹਨੇ ਚੈੱਕ ਸ਼ੱਕ ਕੀਤਾ ਜਨਾਬੇ ਲੈ ਤਾਂ ਚੈੱਕ ਕਰਨ ਤੋਂ ਬਾਅਦ ਨੇ ਬਸ ਤਲਕ ਨਾਲ ਗਿਆ ਸੂ ਅਤੇ ਮੇਰੇ ਨਾਲ ਅਫਸਰ ਕੁਰੇਸ਼ ਸਾਹਿਬ ਵੀ ਆਣ। ਉਹਨੇ ਜਨਾਬ ਕੱਪ ਦਿੱਤਾ ਨਾ ਸਾਨੂੰ ਚਾਹੂ ਵਾਲਾ ਅਤੇ ਉਹ ਬੜਾ ਊਕ ਬੜਾ ਵਲੈਤੀ ਜਿਹਾ ਚਾਹ ਆਈ ਉਹਦੇ ਉੱਤੋਂ। ਮੈਨੂੰ ਤਾਂ ਸਮਝ ਕੋਈ ਨਾ ਲੱਗਾ ਬਈ ਇਹਨੂੰ ਖੋਲਣਾ ਕੀ ਕੋਣਾ। ਅੱਛਾ ਉਹ ਇੱਕ ਹੋਰ ਸਾਡੇ ਰੰਗਾ ਤਰੀਜਾ ਹੋਰ ਰਲ ਪਿਆ ਅਤੇ ਹੋਇਆ ਪਤਾ ਕਿ ਉਸ ਜਣੇ ਇੰਜ ਫਤਿਆ ਤੁਰ। ਮੈਂ ਸਿੱਧੀ ਜੀ ਗੱਲ ਮੈਂ ਵੇਖਾਂ ਪਿਆ ਕਿ ਬਈ ਚਾਹ ਕੋ ਪੀਵੇ ਨਾ ਤਾਂ ਵੱਤ ਮੈਂ ਇਹਨੂੰ ਵੇਖਾਂ ਕਿ ਕਿਕਣ ਪੀਣੀ ਹੈ। ਕਾਲ ਲੈਣੀ ਜੀ ਲਵੋ ਜੀ। ਕਾਲ ਨਹੀਂ ਆਈ ਜੀ। ਆ ਕੀ ਕਾਲ ਜੀ? ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ। ਅੱਲਾ ਕਰੀਮ ਦੇ ਇਹਸਾਨ ਮਲਕ ਜੀ ਜੀ ਆਨੂੰ ਜੀ ਜੀ ਮਲਕ ਅਰਸ਼ਦ ਸਾਹਿਬ ਚੋ ਸੈਦਨ ਸ਼ਾਹ ਤੋਂ ਜਨਾਬ ਜੀ ਆਇਆਂ ਨੂੰ ਪ੍ਰੋਗਰਾਮ ਲੋਕ ਰੈਤਲ ਦੇ ਵਿੱਚ। ਜਨਾਬ ਤਮਾਮ ਸੁਣਨਾ ਦੇ ਨਾਲ ਅਸਲਾਮ ਅਲੈਕੁਮ। ਬਹੁਤ ਅੱਛਾ ਪ੍ਰੋਗਰਾਮ ਕਰ ਰਹੇ ਹੋ, ਬਹੁਤ ਅੱਛੀ ਗੱਲਾਂ ਜਨਾਬ। ਅੱਲਾ ਮਾਲਕ ਤੁਹਾਨੂੰ ਸਲਾਮਤ ਰੱਖੇ ਜਿਉਂ ਦੇ ਬਸਤਰ ਹੋ ਜੀ। ਬਹੁਤ ਸ਼ੁਕਰੀਆ ਜਨਾਬ। ਅੱਛਾ ਮਾਲਕ। ਅੱਛਾ ਰਾਜ ਜੀ। ਅੱਛਾ ਉਹ ਮੈਂ ਹੁਣ ਵੇਖਾਂ ਬਈ ਇਹ ਹੁਣ ਕਿਦੋਂ ਹੈ ਨਾ ਮੇਰੇ ਅੱਗੇ ਪਈ। ਉਹਨਾਂ ਆਖਿਆ ਜੀ ਚਾਹ ਪੀਓ, ਮੈਂ ਆਖਿਆ ਜੀ ਅੱਲਾ ਪੀ ਲੈਂਦਾ। ਕਾਲ ਆਈ ਵਾਤੜੀ ਜੀ ਜੀ। ਅਸਲਾਮ ਅਲੈਕੁਮ
ਜੀ ਬਿਸਮਿਲ੍ਲਾ ਜਵੇਦ ਬਾਜਵਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਲੋਕ ਰਹਿਤ ਲਈ ਸ਼ੁਕਰੀਆ ਸ਼ਾਹ ਸਾਹਿਬ ਬੈਠੇ ਹੋ ਨੇ ਬਰਿਆ ਇਹਨਾਂ ਨੂੰ ਅਸਲਾਮ ਵਾਲੇਕੁਮ ਆਖਨੇ ਆ ਵਾਲੇਕੁਮ ਅਸਲਾਮ ਬਾਜਵਾ ਸਾਹਿਬ ਚਿਰਾਂ ਤੋੜੀ ਜੀਓ ਤੇ ਬਹੁਤ ਸੋਹਣਾ ਪ੍ਰੋਗਰਾਮ ਤੇ ਬਹੁਤ ਸੋਹਣੀਆਂ ਗੱਲਾਂ ਤੇ ਵਾਕਈ ਉਹ ਜਿਹੜਾ ਮੋਹਾਲ ਦਾ ਮਾਹੌਲ ਜਿਹੜਾ ਵੇਖਿਆ ਲੇਕਿਨ ਤੁਸੀਂ ਇੱਕ ਚੀਜ਼ ਮਿਸ ਕਰ ਗਏ ਹੋ ਕਿ ਉਹਨਾਂ ਦੇ ਕੋਲ ਜਿਹੜਾ ਇੱਕ ਮਹਿਫਲ ਨੂੰ ਉਸਨੇ ਸਜਾਇਆ ਹੋਇਆ ਸੀ ਉਸਦੇ ਵਿੱਚ ਹੁੱਕਾ ਪਿਆ ਸੀ ਹੁੱਕੇ ਦਾ ਕਮਾਲ ਇਹ ਸੀ ਕਿ ਚਾਰ ਚ ਫੇਰੇ ਉਹਨਾਂ ਦੇ ਬੈਂਚਾਂ ਔਰ ਮਤਲਬ ਇਤਨੇ ਸਾਰੇ ਬੰਦੇ ਆ ਰਹੇ ਨੇ ਜਾ ਰਹੇ ਨੇ ਬਹਿ ਰਹੇ ਨੇ ਨਾਲ ਦਗਾਣੇ ਦੀ ਬੈਠਕ ਆਈ ਬਹੁਤ ਹੀ ਅੱਛਾ ਰਿਹਾ ਮਤਲਬ ਫਿਰ ਮੈਂ ਬਾਬਾ ਜੀ ਨਜ਼ੀਰ ਕੋਲ ਪਿਛਲੇ ਟਾਈਮ ਚਲਾ ਗਿਆ ਪਹਾੜੀਆਂ ਦਾ ਨਜ਼ਾਰਾ ਲਿਆ ਪਹਾੜੀਆਂ ਦਾ ਰੰਗ ਵੇਖਿਆ ਤੇ ਬਾਬਾ ਜੀ ਨਜ਼ੀਰ ਸਾਹਿਬ ਬਹੁਤ ਬਹੁਤ ਸਲਾਮ ਦੁਆ ਦੇ ਰਿਹਾ ਚੌਧਰੀ ਰਜ਼ਵਾਨ ਵੀ ਆਪਣਾ ਮਿਲਿਆ ਮੈਨੂੰ ਤੇ ਮੇਰੀ ਡਿਊਟੀ ਸੀ ਇੱਕ ਲੱਗੀ ਉਹ ਮੈਂ ਆਪਣੀ ਪੂਰੀ ਕਰਨ ਵਾਸਤੇ ਫਿਰ ਪਿਛਲੇ ਟਾਈਮ ਉਧਰ ਮੈਂ ਗੁਜ਼ਾਰਿਆ ਤੇ ਅੱਲਾ ਕਰੀਮ ਤੁਹਾਨੂੰ ਬਾਜਵਾ ਸਾਹਿਬ ਸਲਾਮਤ ਰੱਖੇ ਸਾਕੇ ਬਲਮਾਲ ਸਾਹਿਬ ਤਮਾਮ ਸੁਣਨ ਵਾਲਿਆਂ ਨੂੰ ਅਸਲਾਮੁ ਅਲੈਕੁਮ ਅੱਲਾ ਵਾਲੇਕੁਮ ਅਸਲਾਮ ਜੀ ਬਹੁਤ ਖੂਬਸੂਰਤ ਗੱਲਬਾਤ ਜਨਾਬ ਚੌਧਰੀ ਜਵੇਦ ਬਾਜਵਾ ਸਾਹਿਬ 106 ਸ਼ਮਾਲੀ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਆਪਣੇ ਖੂਬਸੂਰਤ ਵਿਚਾਰ ਤੁਸੀਂ ਸੁਣੇ ਸਾਰਿਆਂ ਜਨਾਬ ਇਹਨਾਂ ਦੇ ਰਾਜ ਜੀ ਅੱਛਾ ਅੱਛਾ ਜੀ ਉਹ ਚਾਹ ਤੋਂ ਮੈਂ ਸਾਡੇ ਨਾਲ ਕੁਝ ਦੋਸਤ ਸੋਸ਼ਲ ਮੀਡੀਆ ਰਾਹੀਂ ਵਾ ਤੁਹਾਨੂੰ ਦੱਸਾਂ ਕਿ ਚਾਹ ਬਤ ਕੇ ਅਤਾਉਲ ਕਰੀਮ ਨਿਸਵਾਣਾ ਸਾਹਿਬ ਜੀ ਜਰਮਨੀ ਤੋਂ ਸਾਡਾ ਪੰਜਾਬੀ ਬਿਰਾ ਜਿਹੜਾ ਤਾਂ ਸਾਡਾ ਪ੍ਰੋਗਰਾਮ ਬੜਾ ਸ਼ੌਕ ਦਾ ਸੁਣਦਾ ਔਰ ਵੇਖਦਾ ਵੀ ਆਉਂਦਾ ਔਰ ਸ਼ੇਅਰ ਵੀ ਕਰਦਾ ਹੁੰਦਾ ਜਰਮਨੀ ਦੇ ਵਿੱਚ ਸਾਡਾ ਪ੍ਰੋਗਰਾਮ ਸਲਾਮਤ ਰੱਖੇ ਇਹਨਾਂ ਨੂੰ ਜੀ ਸਾਡੀ ਇੱਕ ਆਪਣੀ ਰਹਿਤਲ ਨਾਲ ਬੜੀ ਕਰੀਬੋ ਜੁੜੀ ਹੋਈ ਸਾਡੀ ਧੀ ਹੈ ਆਪਦਾ ਨਜ਼ਰ ਸਾਹਿਬਾ ਸਾਰੇ ਲਿਸਨਰ ਤਕਰੀਬਨ ਜਾਣਦੇ ਨੇ ਇਹਨਾਂ ਨੂੰ ਇਹਨਾਂ ਦੇ ਕੰਮ ਤੋਂ ਵੀ ਸਾਰੇ ਵਾਕਿਫ ਹਨ ਕਿ ਜਿਹੜਾ ਸੋਸ਼ਲ ਵਰਕਿੰਗ ਇਹਨਾਂ ਦੀ ਉਹ ਵੀ ਔਰ ਇਨਸਾਨੀ ਇਨਸਾਨੀਅਤ ਦੇ ਨਾਤੇ ਨਾਲ ਇਹਨਾਂ ਦਾ ਬਹੁਤ ਵੱਡਾ ਨਾਂ ਹੈ ਜੀ ਕੋਈ ਵੀ ਇਨਸਾਨੀਅਤ ਦੇ ਨਾਤੇ ਨਾਲ ਕੰਮ ਹੋਵੇ ਉਹ ਬੜ ਚੜ ਕੇ ਉਹਦੇ ਵਿੱਚ ਹਿੱਸਾ ਲੈਂਦੇ ਜੀ ਆਪਦਾ ਨਜ਼ਰ ਸਾਹਿਬਾ ਔਰ ਪੰਜਾਬੀ ਬੜੀ ਖੂਬਸੂਰਤ ਬੋਲਦੇ ਜੀ ਬਹੁਤ ਮਿਹਰਬਾਨੀ ਹੈ ਸਾਡਾ ਪ੍ਰੋਗਰਾਮ ਵੇਖ ਵੀ ਰਹਿਣ ਔਰ ਸੁਣ ਵੀ ਰਹਿਣ ਕਾਲ ਇੱਕ ਲੈ ਲੀਜੀਏ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਜੀ ਕੌਣ ਤੇ ਕਿੱਥੋਂ ਵੀ ਮਾਲਕ ਕਾਇਨਾਤ ਤਮਾਮ ਬਿਮਾਰਾਂ ਨੂੰ ਸ਼ਫਾਏ ਕਾਮਲਾ ਅਜਲਾ ਅਤਾ ਕਰੇ ਅੱਜ ਦੇ ਦਿਹਾੜੇ ਦਾ ਸਦਕਾ ਜੀ ਰਾਜੇ ਹਾਂਜੀ ਆਪਦਾ ਨਜ਼ਰ ਸਾਹਿਬਾਂ ਦੀ ਗੱਲ ਤੁਹਾਨੂੰ ਦੱਸਦੇ ਪਿਆ ਸੀ ਜਨਾਬ ਸਾਡਾ ਪ੍ਰੋਗਰਾਮ ਮੁਤਵਾਤਰ ਸਾਡੇ ਨਾਲ ਆ ਰਹੇ ਹਨ ਵੇਖ ਰਹੇ ਹਨ ਔਰ ਸੁਣ ਵੀ ਰਹੇ ਹਨ ਜੀ ਬਸ ਮੈਂ ਹਯਾਤ ਅਦਬ ਪਾਕਿਸਤਾਨ ਚਿਨਿਓਟ ਦੇ ਵਿੱਚ ਸਾਡੀ ਸ਼ਾਖ ਖੁੱਲੀ ਹੋਈ ਹੈ ਜਨਾਬ ਔਰ ਮੈਂ ਗੁਜ਼ਾਰਿਸ਼ ਕਰ ਸਕਾਂ ਕਿ ਵੀਰ ਜਿਹੜਾ ਆਪਣੀ ਪੂਰਾ ਨਾਂ ਔਰ ਆਪਣੀ ਜਿਹੜੀ ਪੂਰੀ ਜਗ੍ਹਾ ਜਿਹੜੀ ਉਹ ਮੈਨਸ਼ਨ ਕਰ ਸਕਣ ਤਾਂ ਕਿ ਮੈਂ ਦੱਸ ਸਕਾਂ ਰਮਜ਼ਾਨ ਸ਼ਹਿਜ਼ਾਦ ਸਾਹਿਬ ਇਨ ਚੱਕ 29 ਸ਼ਮਾਲੀ ਤੋਂ ਜੀ ਅਸਲਾਮ ਅਲੈਕੁਮ ਜੀ ਜੀ ਅਸਲਾਮ ਅਲੈਕੁਮ ਜੀ ਅਸੂਰ ਬੋਲੋ ਚਲੋ ਜੀ ਅੱਛਾ ਦੋਸਤੋ ਫੋਨ ਕੀਤਾ ਕਰੋ ਤਾਂ ਵੱਤ ਬੋਲੇ ਲਾਜ਼ਮੀ ਕਰੋ ਤਾਂ ਕਿ ਸਾਡਾ ਵੀ ਵਕਤ ਬਚੇ ਜੀ ਅਸਲਾਮ ਅਲੈਕੁਮ ਜੀ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਜੀ ਜੀ ਵਾਲੇਕੁਮ ਅਸਲਾਮ
ਮੁਹੰਮਦ ਨਸਰੁੱਲਾ ਜੀ। ਜੀ ਬਿਸਮਿਲ੍ਲਾ ਮੇਰਾ ਵੀਰ, ਮੁਹੰਮਦ ਨਸਰੁੱਲਾ ਜੀ ਆਇਆਂ ਨੂੰ ਪ੍ਰੋਗਰਾਮ ਲੋਕ ਰਹਿਤ ਲਈ। ਮੈਂ ਹੋਵੇ ਜਨਾਬ, ਮੈਂ ਆਖਿਆ ਆਏ ਨੇ ਦੋ ਵਿਰਾਹ ਤੇ ਸੁੱਕਾ ਦਰਖਤ ਅੱਛਾ ਹੋਰੀ ਵੇਖਿਆ ਤੇ ਜਲੇਬੀ ਵੀ ਖਾਣ ਬਾਜਵਾ ਸਾਹਿਬ ਕੋਲੋਂ ਅਕਲ ਲੈ ਕਰ ਲਿਆ। ਜੀ ਹਾਂ, ਇਹ ਤਾਂ ਮੁੰਡਾ ਪੜਨ ਦੀ, ਇਹ ਤਾਂ ਵਖਤ ਵਾਲੇ ਆਪੜਨ ਦੀ ਗੱਲ ਹੈ ਨਾ, ਨਾਲ ਬਖਾ ਲਵੀਆਂ। ਇਹ ਤਾਂ ਮੁੰਡਾ ਪੜਨ ਦੀ ਗੱਲ ਹੈ, ਕਿਸੇ ਵੇਲੇ ਤੁਸੀਂ ਵੀ ਅੱਪੜ ਪੋ। ਅੱਲਾ ਕਰੀਮ ਤੁਹਾਨੂੰ ਸਲਾਮਤ ਰੱਖੇ। ਮਤਲਬ ਮਾਮਲਾ ਐਸਾ ਹੈ ਕਿ ਜ਼ਿੰਦਗੀ ਦੇ ਮਾਮਲਾਤ ਐਸੇ ਹੁੰਦੇ ਨੇ, ਬੰਦੇ ਨੂੰ ਅੱਗੇ ਪਿੱਛੇ ਭੇਜਣਾ ਪਾਉਂਦਾ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਇਹ ਕਾਲ ਇੱਕ ਹੋਰ ਲੈ ਲਈ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ, ਕੀ ਹਾਲ ਹੈ ਜਨਾਬ? ਅੱਲਾ ਦੇ ਕਰਮ ਕੌਣ ਤੇ ਕਿੱਥੋਂ ਸਾਡਾ ਵੀਰ ਹੈ ਜੀ। ਅਸਲ ਮਾਮਲਾ ਇਹ ਹੈ ਕਿ ਇੱਕ ਇਲਾਕੇ ਦੀ ਪਹਿਚਾਣ ਹੈ ਤੇ ਉਹ ਗਲਤੀ ਨਾਲ ਮੈਂ ਦੱਸ ਬੈਠਾ ਤੇ ਮੈਂ ਖਾਧੀ ਕੋਈ ਨਹੀਂ, ਮੈਨੂੰ ਸ਼ੂਗਰ ਵੀ ਹੈ। ਤੁਹਾਨੂੰ ਸਾਰੀ ਸੰਗਤ ਨੇ ਸਲਾਮਤ ਰੱਖੇ। ਇਹਦਾ ਮਤਲਬ ਖਾਵਣ ਦੀ ਗੱਲ ਤੁਹਾਡੇ ਅੱਗੇ ਨਾ ਕੀਤੀ। ਅੱਛਾ ਜੀ, ਬੜੀ ਮਿਹਰਬਾਨੀ, ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ ਜੀ, ਬਹੁਤ ਮਿਹਰਬਾਨੀ ਜੀ। ਅੱਛਾ ਵੇਖੋ, ਇਹ ਮੁਹੱਬਤ ਹੈ ਨਾ ਸ਼ਾਹ ਜੀ। ਜੀ ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ ਜਨਾਬ ਯਾਦਰਾਜ ਸਾਹਿਬ ਜੀ। ਬਿਸਮਿਲ੍ਲਾ ਮੇਰਾ ਵੀਰ ਅਬਦੁਲ ਮਜੀਦ ਕਾਦਰੀ ਸਾਹਿਬ 88 ਜਨੂਬੀ ਤੋਂ ਜੀ ਆਇਆਂ ਨੂੰ ਪ੍ਰੋਗਰਾਮ ਲੋਕ ਰਹਿਤ ਲਈ। ਭਲਾ ਵੇ ਜਨਾਬ, ਤਮਾਮ ਸੁਣਨ ਵਾਲਿਆਂ ਨੂੰ ਸਾਡੀ ਤਰਫੋਂ ਅਸਲਾਮੁ ਅਲੈਕੁਮ। ਵਾਲੇਕੁਮ ਅਸਲਾਮ ਕਾਦਰੀ ਸਾਹਿਬ। ਰੇਡੀਓ ਰੇਡੀਓ ਦੀ ਸਾਰੀ ਟੀਮ ਨੂੰ ਸਾਡੀ ਤਰਫੋਂ ਅਸਲਾਮੁ ਅਲੈਕੁਮ। ਅੱਲਾ ਕਰੀਮ ਤੁਹਾਨੂੰ ਵੀ ਸਲਾਮਤ ਰੱਖੇ। ਆਪਣੇ ਸਾਡੇ ਪਿਆਰੇ ਮਨਮੋਹਣੇ ਭੱਟ ਸਾਹਿਬ ਬਾਬਾ ਜੀ ਦਾਵਤ ਦਿੱਤੀ ਹੈ ਜੀ, ਤੇ ਮੈਂ ਆਖਿਆ ਚੱਕਰ ਜ਼ਰੂਰ ਲਾ ਸੀ ਜੀ। ਬਸ ਅੱਜ ਕੱਲ ਗਰਮੀਆਂ ਦੇ ਮੌਸਮ ਹੈ ਤੇ ਬਸ ਨਿਕਲਣਾ ਵੀ ਥੋੜਾ ਜਿਹਾ ਮੁਹਾਲ ਹੋਇਆ ਹੋਇਆ ਜੀ। ਸਾਡੇ ਤਾਂ ਵੱਡੇ ਵੀਰ ਵੀ ਹੋਏ ਜੀ, ਬਾਬਾ ਵੀ ਹੋਏ, ਮੇਰੇ ਉਸਤਾਦਾਂ ਦੀ ਜਾ ਵੀ ਹੈ। ਮੈਂ ਅੱਛਾ ਦੋਸਤੋ, ਬਸ ਮੈਂ ਹਯਾਤ ਅਦਬ ਪਾਕਿਸਤਾਨ ਚਿਨਿਓਟ ਸਾਡੇ ਇੱਕ ਸ਼ਾਖ ਇੱਥੋਂ ਦੀ, ਉਹਨੂੰ ਅਸੀਂ ਗੁਜ਼ਾਰਿਸ਼ ਕਰ ਸੀ ਕਿ ਆਪਣਾ ਪੂਰਾ ਨਾਂ ਔਰ ਜਗ੍ਹਾ ਮੈਨਸ਼ਨ ਕਰੋ। ਰਮਜ਼ਾਨ ਸ਼ਹਿਜ਼ਾਦ ਦਿਨ ਚੱਕ 29 ਸ਼ਮਾਲੀ ਤੋਂ ਸਾਡਾ ਪ੍ਰੋਗਰਾਮ ਵੇਖ ਵੀ ਰਹਿਣ ਔਰ ਸੁਣ ਵੀ ਰਹਿਣ। ਮਾਰ ਸ਼ਹਿਜ਼ਾਦ ਸਾਹਿਬ ਬਿਨ ਜੀ, ਇਹ ਵੀ ਸਾਡਾ ਪ੍ਰੋਗਰਾਮ ਵੇਖ ਰਹਿਣ ਔਰ ਸੁਣ ਵੀ ਰਹਿਣ। ਔਰ ਮਾਰ ਸਾਹਿਬ, ਤੁਸੀਂ ਵੀ ਆਪਣੀ ਜਗ੍ਹਾ ਮੈਨਸ਼ਨ ਕਰ ਸੋ ਔਰ ਆਪਣਾ ਪੂਰਾ ਨਾਮ ਵੀ ਦੱਸੋ ਜਨਾਬ, ਆਪਣੇ ਵਿਚਾਰਾਂ ਦੇ ਜ਼ਰੀਏ। ਅਹਿਮਦ ਹਸਨ ਸਾਹਿਬ ਬਿਨ ਜੀ ਸਲਾਮ ਪੇਸ਼ ਕਰ ਰਹੇ ਹਨ ਅਤੇ ਇਹਨਾਂ ਦੇ ਨਾਲ ਇਹ ਹੈਨ ਮਿੱਠਾ ਲੱਗਦੇ ਅਤੇ ਪ੍ਰੋਗਰਾਮ ਦਾ ਬੜੀ ਤਾਰੀਫ ਕਰ ਰਹੇ ਜੀ, ਬੜਾ ਸ਼ੌਕ ਨਾਲ ਸੁਣਦੇ ਹਾਂ ਅਸੀਂ ਪ੍ਰੋਗਰਾਮ ਅਤੇ ਇੰਤਜ਼ਾਰ ਵੀ ਰਹਿੰਦਾ ਜੁੰਮਾ ਹਫ਼ਤਾ ਐਤਵਾਰ ਦਾ ਜੀ। ਬੜੀ ਮਿਹਰਬਾਨੀ, ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ। ਔਰ ਮੈਂ ਅੱਗੇ ਆਖਦਾ ਹੁੰਦਾ ਕਿ ਸਾਡਾ ਪ੍ਰੋਗਰਾਮ
ਤੁਹਾਡੇ ਭਰਾਵਾਂ ਦੀ ਖੂਬਸੂਰਤ ਸਮਾਤਾਂ ਨਾਲ ਖੂਬਸੂਰਤ ਬਣਦਾ ਹੈ। ਜਿੰਨੇ ਤੱਕ ਤੁਹਾਡੇ ਜੇ ਖੂਬਸੂਰਤ ਲਿਸਨਰ ਖੂਬਸੂਰਤ ਸੁਣਨ ਵਾਲੇ ਨਾ ਹੋਵਣ ਜਨਾਬ, ਇਤਨੇ ਤੱਕ ਸਾਡਾ ਪ੍ਰੋਗਰਾਮ ਆਉਂਦੇ ਦਾ ਨਹੀਂ, ਅਸੀਂ ਕੱਖ ਦੇ ਨਹੀਂ ਹਾਂ। ਤੁਹਾਡੇ ਵੀਰਾਂ ਨਾਲ ਸਾਡੀਆਂ ਬਹਾਰਾਂ ਜੀ, ਸਾਜਿਦ ਜ਼ਿਆ ਸਾਹਿਬ ਬਿਨ ਜੀ, ਇਹ ਵੀ ਪ੍ਰੋਗਰਾਮ ਉਮਾਨ ਤੋਂ ਪ੍ਰੋਗਰਾਮ ਸਾਡਾ ਸੁਣ ਵੀ ਰਹੇ ਹਨ ਔਰ ਵੇਖ ਵੀ ਰਹੇ ਹਨ ਔਰ ਇਹਨਾਂ ਸ਼ੇਅਰ ਵੀ ਕੀਤਾ ਪ੍ਰੋਗਰਾਮ ਜੀ, ਬਹੁਤ ਮਿਹਰਬਾਨੀ। ਇੱਕ ਹੋਰ ਸਾਡਾ ਨੌਜਵਾਨ ਲਿਖਾਰੀ, ਬਹੁਤ ਅੱਛੇ ਲਫਜ਼ਾਂ ਦਾ ਲਿਖਾਰੀ ਮੈਂ ਆਖਸਾਂ, ਔਰ ਆਪਣੀ ਰਹਿਤਲ ਨਾਲ ਬੜਾ ਨਿੱਘਾ ਹੋ ਕੇ ਜੁੜੇ ਹੋਏ ਆ ਜਨਾਬ ਸ਼ਾਹਰਾਜ਼ ਵੱਟੂ ਸਾਹਿਬ। ਹਾਂਜੀ, ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹਨ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ ਜੀ, ਪਰਵੀਨ ਭੁੱਟਾ ਬੋਲਦੀ ਪਈ ਆ ਜੀ। ਜੀ ਬਿਸਮਿਲ੍ਲਾ, ਮੇਰੀ ਭੈਣ ਪਰਵੀਨ ਭੁੱਟਾ ਸਾਹਿਬਾ ਜੀ ਆਇਆਂ ਨੂੰ ਪ੍ਰੋਗਰਾਮ ਲੋਕ ਰਹਿਤਲ ਵਿੱਚ। ਇਨਸ਼ਾਅੱਲਾ ਜੀ, ਅੱਲਾਹ ਤਾਲਾ ਸਾਨੂੰ ਜ਼ਿੰਦਗੀ ਸਿਹਤ ਤਾ ਫਰਮਾਏ ਤੇ ਸਾਰੇ ਸੁਣਨ ਵਾਲਿਆਂ ਨੂੰ ਮੇਰੀ ਤਰਫੋਂ ਦੁਆਵਾਂ ਭਰਿਆ ਸਲਾਮ ਜੀ। ਵਾਲੇਕੁਮ। ਅੱਜ ਦੀ ਗੁਜ਼ਾਰਤ ਕੀ ਹੋਈ? ਅੱਜ ਅਸਾਂ ਪੁੱਛਿਆ ਪਰਵੀਨ ਭੁੱਟਾ ਭੈਣ, ਅੱਜ ਅਸਾਂ ਪੁੱਛਿਆ ਕਿ ਕੁੱਛੜ ਕਿਹਨੂੰ ਸੱਦਦੇ ਨੇ ਜੀ? ਕੁੱਛੜ ਬੱਚਿਆਂ ਨੂੰ ਜਿਹੜਾ ਚਾਹੀਦਾ ਨਹੀਂ। ਅਸਾਂ ਅੱਜ ਪੁੱਛਿਆ ਵੀ ਇਸੇ ਜ਼ੁਮਰੇ ਦੇ ਵਿੱਚ ਆਪਣੀਆਂ ਧੀਆਂ ਤੇ ਭੈਣਾਂ ਦਾ ਸਵਾਲ ਏ। ਉਹ ਚਾਹੀਦਾ ਪਤਾ ਕਿਵੇਂ? ਜੀ ਜੀ ਆ ਉਹ ਇੰਜੇ ਭਾਈ ਖੱਬੀ ਵੱਖੀ ਹੋਈ ਨਾ, ਉਸੇ ਬੱਚੇ ਨੂੰ ਬਹਾਇਆ ਤੇ ਹੱਥ ਨਾਲ ਕਾਬੂ ਕਰ ਲਿਆ। ਇੱਕ ਪੈਰ ਬੱਚੇ ਦਾ ਅੱਗੇ ਹੋਇਆ ਤੇ ਪਿੱਛੇ ਹੋਇਆ ਤੇ ਮੈਂ ਵੇਖਿਆ ਕਿ ਕੁੱਛੜ ਜਿਹੀ ਜਿਹੜੀ ਲਜ਼ਤ ਏ ਨਾ, ਉਹ ਮੇਰੇ ਖਿਆਲ ਦੇ ਮੁਤਾਬਿਕ ਸਾਰੀ ਜ਼ਿੰਦਗੀ ਨਹੀਂ ਲੱਭਦੀ ਜੀ। ਇੱਕ ਝੋਲੀ ਹੁੰਦੀ ਨਾ ਜੀ ਆ, ਮਾਰ ਕੇ ਬਾਣਾ ਜਿਸ ਨੂੰ ਸਨੇਂਦੇ ਆ ਜੀ ਆ। ਹਾਂ ਉਹ ਤਾਂ ਹੁੰਦੀ ਨਾ ਭਾਈ, ਆ ਦੋਏ ਲੱਤਾਂ ਜਿਹੜੀਆਂ ਹੋਈਆਂ ਗੋਡੇ ਜੋੜੇ ਖੋੜ ਕੇ ਤੇ ਝੋਲੀ ਬਣਾ ਕੇ ਬੈਠਾ, ਝੋਲੀ ਸਦੀਂਦੀ ਜੀ ਆ। ਤੇ ਇਹ ਕੁੱਛੜ ਜਿਹੜਾ ਹੁੰਦੀ ਨਾ, ਇਹ ਬੱਚੇ ਦੇ ਇੱਕ ਪੈਰ ਅੱਗੇ ਆਉਂਦਾ ਤੇ ਇੱਕ ਪਿੱਛੇ ਆਉਂਦਾ ਤੇ ਉਹਨੂੰ ਕੁੱਛੜ ਸਦੀਂਦਾ। ਮਤਲਬ ਇਹਨੂੰ ਡਾਕ ਵੀ ਆਖ ਸਕਦੇ? ਡਾਕ ਵੀ ਅਸੀਂ ਆਖਦੇ ਹੁੰਦੇ ਆ। ਤੇ ਇਹ ਬਾਜੀ ਪਰਵੀਨ ਭੁੱਟਾ ਸਾਹਿਬਾ, ਇਹ ਜਿਹੜੀ ਇਸ ਬੱਚੇ ਵਾਸਤੇ ਸਭ ਤੋਂ ਮਹਿਫੂਜ਼ ਤਰੀਨ ਜਗ੍ਹਾ ਜਿਹੜੀ ਉਹ ਮਾਂ ਦੀ ਕੁੱਛੜੇ। ਮਾਂ ਦੀ ਕੁੱਛੜੇ, ਹਾਂਜੀ ਬਿਲਕੁਲ ਬਿਲਕੁਲ ਸਹੀ ਫਰਮਾਇਆ ਤੁਸੀਂ। ਕਿਉਂਕਿ ਇੱਥੇ ਬੱਚਾ ਬਹਿ ਕੇ ਉਹ ਇੰਝ ਮਹਿਸੂਸ ਕਰਦਾ ਕਿ ਮੈਂ ਹੁਣ ਹਰ ਬਲਾ ਤੋਂ ਜਿਹੜਾ ਨਾ ਜੀ, ਮੈਂ ਮਹਿਫੂਜ਼ ਹਾਂ, ਹਰ ਸ਼ਰ ਤੋਂ, ਹਰ ਆਫ਼ਤ ਤੋਂ, ਹਰ ਬਲਾ ਤੋਂ, ਹਰ ਪਰੇਸ਼ਾਨੀ ਤੋਂ ਮੈਂ ਮਹਿਫੂਜ਼ ਹਾਂ। ਬਿਲਕੁਲ ਇੰਝ ਗੱਲ ਜਦਬਸਤਰ ਉਹ ਪੈਣ ਮਾਲਕ ਤੁਹਾਨੂੰ ਸਲਾਮ। ਤਾਂ ਦੋਸਤੋ, ਹਸਬੇ ਆਦਤ ਹਸਬੇ ਰਵਾਇਤ, ਜਿਹੜਾ ਸਭ ਤੋਂ ਪਹਿਲੇ ਸਵਾਲ ਸਾਡੀ ਭੈਣ ਪਰਵੀਨ ਭੁੱਟਾ ਸਾਹਿਬਾ ਬੁੱਝਿਆ, ਤਾਂ ਕੁੱਛੜ ਤੁਸੀਂ ਹੁਣ ਸੁਣ ਵੀ ਲਓ। ਅਸੀਂ ਬੜੀ ਤਫਸੀਲਾਂ ਨੂੰ ਉਹਨਾਂ ਜਵਾਬ ਦਿੱਤਾ ਕਿ ਕੁੱਛੜ ਕਿਹ ਸ਼ੈ ਹੁੰਦੀ, ਔਰ ਕੁੱਛੜ ਜਿੱਦਾਂ ਸਾਨੂੰ ਵੀ ਅਜੇ ਤੱਕ ਅਗਰ ਯਾਦ ਏ, ਅਵਲ ਤਾਂ ਉਹ ਐਸੀ ਉਮਰ ਹੁੰਦੀ ਸ਼ਾਹ ਜੀ ਕਿ ਅਕਸਰ ਕਈਆਂ ਨੂੰ ਕੁੱਛੜ ਦੀ ਹੱਦ ਤੱਕ ਨਹੀਂ ਯਾਦ ਆਉਂਦਾ। ਉਹ ਅਸਲ ਵਿੱਚ ਉਹ ਬਚਪਨ ਦਾ ਇੱਕ ਜਿਸਲ ਬੱਚਾ 2 ਇੱਕ ਸਾਲ ਤੱਕ, 2 2.5 ਸਾਲ ਤੱਕ। ਜੀ ਅਸਲਾਮ ਅਲੈਕੁਮ ਜੀ। ਬਿਸਮਿਲ੍ਲਾ, ਕੌਣ ਤੇ ਕਿੱਥੋਂ ਸਾਡਾ ਵੀਰ ਜੀ? ਬੜੀ ਮਿਹਰਬਾਨੀ ਮੇਰਾ ਵੀਰ ਦੋਸਤ ਮੁਹੰਮਦ ਚੀਮਾ ਕਲੋਨੀ ਤੋਂ। ਸਾਜਿਦ ਜ਼ਿਆ ਸਾਹਿਬ ਜੀ, ਉਮਾਨ ਤੋਂ ਤੁਹਾਨੂੰ ਦੱਸਿਆ ਕਿ ਸ਼ਰਾਜ਼ ਵੱਟੂ ਸਾਹਿਬ ਅਜੇ ਤੱਕ ਸਾਡਾ ਪ੍ਰੋਗਰਾਮ ਸਾਡੇ ਨਾਲ ਹਨ, ਬੜੇ ਖੂਬਸੂਰਤ ਵਿਚਾਰ ਦੇ ਰਹੇ ਹਨ, ਸਲਾਮ ਪੇਸ਼ ਕਰ ਰਹੇ ਹਨ ਜੀ ਤੁਹਾਨੂੰ ਵੀ ਤੇ ਮੈਨੂੰ ਵੀ। ਮਾਰਸ਼ਦਾਰ ਸਾਹਿਬ ਜੀ, ਅਸਲਾਮ ਅਲੈਕੁਮ। ਅਸਲਾਮ ਅਲੈਕੁਮ ਜੀ। ਜੀ ਵਾਲੇਕੁਮ ਅਸਲਾਮ। ਉਹ ਆਦਾ ਜੀ, ਸਾਡਾ ਖੂਨ ਹੈ ਯਾਰ, ਵਫਾਦਾਰ ਹੈ ਤੇਰੇ ਐਬ ਕਜਿੰਦੇ ਵਟਿਆਂ, ਹੈ ਤੇਰੇ ਦਿਲ ਦੇ ਮੈਲੇ ਬਰਤਨ ਨੂੰ ਅੱਖੀ ਨਾਲ ਮੰਜਿੰਦੇ ਵਟਿਆਂ, ਵਾਹ ਤੇ ਤੂੰ ਜਿਹੜੇ ਜਿਹੜੇ ਪਾਸੇ ਅੰਗਲ ਬਵਾਈ ਉਹ ਸੱਜਣ ਸਟੇਂਦੇ ਵਟਿਆਂ,
ਤੂੰ ਇਹ ਨਿਸ਼ਾਨ ਡਾਕ ਕੇ ਚਾੜ ਕੇ ਸੱਟਿਆ ਅੱਖ ਅੱਗੇ ਮਲਣ ਦੇ ਬੱਚੇ ਵਾਹ 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 ਕੁੱਛੜ ਦਾ ਪਤਾ ਲੱਗ ਗਿਆ ਜੀ ਜੀ ਵਾਹ ਵਾਹ ਮੇਰਾ ਵੀਰ ਮੁਹੰਮਦ ਅਕਰਮ ਬੈਕ ਮੇਕਣ ਤੋਂ ਬੜੀ ਸੋਹਣੀ ਤਫਸੀਲ ਦੱਸੀ ਜਦਬਸਤਰ ਅੱਜ ਬਹੁਤ ਸ਼ੁਕਰੀਆ ਬਾਨ ਅੱਛਾ ਇਹ ਵੀ ਸਾਡੇ ਬੜੇ ਲੈਕ ਸਟੂਡੈਂਟ ਨੇ ਅੱਛਾ ਰਾਜ ਜੀ ਗੱਲ ਇਹ ਨਾ ਟਾਈਮ ਥੋੜਾ ਜਿਹਾ ਰਹਿ ਗਿਆ ਤੇ ਇੱਕ ਗੱਲ ਕਿ ਜਿਵੇਂ ਬਾਜਵਾ ਸਾਹਿਬ ਨੇ ਦੱਸਿਆ ਨਾ ਕਿ ਵਾਕਈ ਉਸ ਬੰਦੇ ਦੀ ਖੂਬੀ ਹੋ ਰਹੀ ਆਈ ਕਿ ਉਸ ਜਨਾਬ ਕੋਕਾ ਪਖਾ ਕੇ ਰੱਖਿਆ ਆ ਲੋਕ ਆਉਂਦੇ ਜਾਂਦੇ ਉਹਦੇ ਕੋਲ ਲੋਕ ਇਸਾਕ ਸਾਕੀ ਕੋਲ ਜਨਾਬ ਉਕਾ ਛਿੱਕ ਰਹੇ ਨੇ ਔਰ ਵੱਧ ਤੋਂ ਨੇ ਇੱਕ ਐਡਾ ਚੰਗਾ ਕੂਲਰ ਰੱਖਿਆ ਆ ਅਤੇ 15-20 ਮਿੰਟਾਂ ਤੋਂ ਬਾਅਦ ਜਨਾਬ ਵਾਲਾ ਇੱਕ ਪਾਣੀ ਦਾ ਵਿੱਚ ਉਹਦੇ ਸਟਾਈਦਾ ਬਾਲਟੀ ਜਿਹੀ ਅਤੇ ਨਾਲ ਬਰਫ਼ ਛੋਰ ਕਿਸੇ ਨੂੰ ਗੱਲਾਂ ਜਾਂ ਯਾਰ ਬਰਫ਼ ਲਾਇਆ ਔਰ ਉਹ ਜਿਤਨੇ ਵੀ ਲੋਕ ਆਉਂਦੇ ਪੈਣੇ ਉਹ ਬੰਦਾ ਠੰਡਾ ਅੱਛਾ ਅੱਛਾ ਜੀ ਮੈਂ ਵੇਖਿਆ ਕਿ ਇਹ ਵੇਖੋ ਕਾਰੋਬਾਰ ਦੋ ਕਰ ਰਿਹਾ ਇੱਕ ਕਰ ਰਿਹਾ ਮਖਲੂਕ ਨਾਲ ਕਾਰੋਬਾਰ ਇੱਕ ਮੇਰੇ ਰੱਬ ਨਾਲ ਕਰ ਰਿਹਾ ਔਰ ਮੈਂ ਇਹ ਕਹਿੰਦਿਆਂ ਜਾ ਵੇਖੀਏ ਉੱਥੇ ਜਨਾਬ ਕੂਲਰ ਨੂੰ ਰੱਸਾ ਮਾਰਿਆ ਆ ਸੰਗਲ ਮਾਰਿਆ ਆ ਲੇਕਿਨ ਉਹ ਬੰਦਾ ਉੱਥੇ ਆਇਆ ਬੰਦਾ ਉਹਦੇ ਕੋਲ ਜੱਗ ਆ ਰਾਜੀ ਜੱਗ ਆ ਤਾਂ ਉਹਨੇ ਥੱਲੇ ਧਰਿਆ ਉਹਨੇ ਆਖਿਆ ਯਾਰ ਮੈਂ ਭਰ ਲਵਾਂ ਉਸ ਆਖਿਆ ਭਾਈ ਜੀ ਤੁਸੀਂ ਭਾਵੇਂ ਦਾਹ ਭਰ ਕੇ ਲੈ ਜਾਓ ਤੂੰ ਭਾਵੇਂ ਗੜਾ ਭਰ ਕੇ ਲੈ ਸ਼ੱਕ ਦਾਹ ਵਾਰੀ ਭਰ ਕੇ ਲੈ ਜਾਓ ਮੈਂ ਤਾਂ ਭਰਦਾ ਹੀ ਇਸੇ ਤੋਂ ਹਾਂ ਬਰਫ਼ ਵੱਤ ਵੱਤ ਇਸ ਤੋਂ ਮੰਗਾਨਾ ਕਿ ਯਾਰ ਲੋਕ ਕੋ ਪਾਣੀ ਪੀਣ ਅਤੇ ਮੇਰੇ ਆ ਕੇ ਦੁਆ ਕਰਨ ਹੋਰ ਇਸ ਤੋਂ ਵੱਡੀ ਗੱਲ ਕਿਹੜੀ ਹੈ ਯਾਰ ਅੱਲਾ ਪਾਕ ਉਹਨੂੰ ਰੋਜ਼ੀ ਵੀ ਦੇ ਰਿਹਾ ਨਾਲ ਨਾਲ ਤੋਂ ਮੈਂ ਤੁਹਾਡੇ ਕੋਲ ਹੋਰ ਵੀ ਉਹਨਾਂ ਦੀਆਂ ਗੱਲਾਂ ਪੁੱਛਣੀਆਂ ਤੇ ਜਿਹੜੀ ਇਹ ਪੀੜੀ ਤੇ ਜਨਾਬ ਤੁਹਾਨੂੰ ਦੱਸੀਏ ਕਿ ਮਾਰ ਸ਼ਹਿਜ਼ਾਦ ਸਾਹਿਬ ਜੀ ਟਾਈਮ ਥੋੜ੍ਹਾ ਰਹਿ ਗਿਆ ਕਹਿ ਰਹੇ ਜਨਾਬ ਬੜੀ ਖੂਬਸੂਰਤ ਗੱਲਾਂ ਅਤੇ ਮੁਹੰਮਦ ਅਸ਼ਰਫ ਸਾਹਿਬ ਇਹਨੇ ਵੀ ਵਿਦੇਸ਼ ਦੇ ਵਿੱਚ ਜੀ ਅਸਲਾਮ ਅਲੈਕੁਮ ਜੀ ਬਿਸਮਿਲ੍ਲਾ ਮੇਰਾ ਵੀਰ ਜ਼ਫਰ 49 ਟੇਲ ਤੋਂ ਜੀ ਆਇਆਂ ਨੂੰ ਪ੍ਰੋਗਰਾਮ ਲੋਕ ਰਤਨ ਵਿੱਚ ਦੱਸਾਂ ਪ੍ਰੋਗਰਾਮ ਕਰਦੇ ਪਏ ਤੇ ਆਧਾਰ ਤੇ ਪੁੱਛਣ ਵਾਲੀ ਗੱਲ ਬੜੀ ਸਵਾਦੀ ਕੀਤੀ ਨੇ ਅਗਲੇ ਡੰਗ ਮੈਂ ਗਿਆ ਬਾਬੇ ਮੋਮਨ ਸਾਹਿਬ ਕੋਲ ਇਹਨਾਂ ਆਪਣੇ ਪੋਤੀ ਨੂੰ ਡਾਟ ਤੇ ਚੜ੍ਹ ਗਈ ਇਹ ਗੱਲ ਹੈ ਅੱਲਾਹ ਕਰੀਮ ਤੁਹਾਨੂੰ ਸਲਾਮਤ ਰੱਖੇ ਮੇਰਾ ਖਿਡਾਉਣਾ ਹੋਇਆ ਉਹ ਤੇ ਰਾਜੀ ਬੜੀ ਮਿਹਰਬਾਨੀ ਤੇ ਮਾਮਲਾ ਤੈਨ ਤੇ ਸਾਨੂੰ ਨਾ ਅੱਛਾ ਉਹ ਜਿਹੜੀ ਚਾਹ ਹੈ ਨਾ ਮੁਹੰਮਦ ਅਸ਼ਰਫ ਇਨ ਦੋ ਇੱਕ ਨਾਂ ਨੂੰ ਮੈਂ ਦੱਸ ਲਵਾਂ ਜਨਾਬ ਮੁਹੰਮਦ ਅਸ਼ਰਫ ਸਾਹਿਬ ਇਨ ਇਹ ਸਾਊਦੀ ਅਰਬ ਤੋਂ ਸਾਡਾ ਪ੍ਰੋਗਰਾਮ ਵੇਖ ਵੀ ਰਹਿਣ ਔਰ ਸੁਣ ਵੀ ਰਹਿਣ ਹਾਫਿਜ਼ ਸਲਮਾਨ ਸਾਹਿਬ ਇਨ ਜੀ ਇਹ ਪ੍ਰੋਗਰਾਮ ਸਾਡਾ ਵੇਖ ਰਹੇ ਜ਼ਫਰ ਇਲੈਕਟ੍ਰੀਸ਼ਨ ਲਾਲੀਆਂ ਤੋਂ ਇਹ ਪ੍ਰੋਗਰਾਮ ਸੁਣ ਵੀ ਰਹਿਣ ਔਰ ਵੇਖ ਵੀ ਰਹਿਣ ਅਤੇ ਮੁਹੰਮਦ ਅਸ਼ਰਫ ਸਾਹਿਬ ਜਨਾਬ ਦੋਵਾਂ ਨੂੰ ਸਾਨੂੰ ਸਲਾਮ ਪੇਸ਼ ਕਰ ਰਹੇ ਹਾਂ ਜੀ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਔਰ ਤੁਸੀਂ ਪਰਦੇਸ ਦੇ ਵਿੱਚ ਖੁਸ਼ ਖੁਰਮ ਜ਼ਿੰਦਗੀ ਗੁਜ਼ਾਰੋ ਜੀ ਰਿਆਜ਼ ਹੁਸੈਨ ਸ਼ਾਹਿਦ ਸਾਹਿਬ ਹਨ ਜੀ ਕਬੂਲਾ ਸ਼ਰੀਫ ਤੋਂ ਜ਼ਿਲ੍ਹਾ ਪਾਕਪਤਨ ਤੋਂ ਕਬੂਲੇ ਦਾ ਕਿਆ ਨਾਂ ਆਵੈਂਦਾ ਅਤੇ ਮੈਂ ਬੜੀਆਂ ਗੱਲਾਂ ਯਾਦ ਆਵੈਂਦੀਆਂ ਜਨਾਬ ਮਾਂ ਦੀ ਬਗਲ ਨੂੰ ਇਹ ਆਖਦੇ ਪੈਣ ਜੀ ਕੁੱਛੜ ਸੱਦਿਆ ਜਾਂਦਾ ਤੇ ਇਹਨੂੰ ਢਾਕ ਵੀ ਆਦੇ ਤਕਰੀਬਨ ਬਗਲ ਉਰਦੂ ਦਾ ਬਗਲ ਉਰਦੂ ਦਾ ਲਫ਼ਜ਼ ਹੈ ਪੰਜਾਬੀ ਦੇ ਵਿੱਚ ਕੁੱਛੜ ਵੀ ਸੱਦਿਆ ਜਾਂਦਾ ਔਰ ਢਾਕ ਵੀ ਆਖਿਆ ਜਾਂਦਾ ਜੀ ਮੀਆਂ ਨਸਰ ਰਾਂਝਾ ਸਾਹਿਬ ਆਪਣੀ ਰਹਿਤਲ ਦਾ ਬਹੁਤ ਵੱਡਾ ਨੁਮਾਇੰਦਾ ਰਹਿਤਲ ਕੜਾਨਾ ਬਾਰ ਦੇ ਚੇਅਰਮੈਨ ਜਨਾਬ ਦੁਦਾਲਕੇ ਵਾਲਾ ਬੇਲੀ ਹੈ ਜੀ ਇਹਨਾਂ ਦੱਸਿਆ ਹੀ ਦੁਦਾਲਕੇ ਵਾਲਾ ਬੇਲੀ ਤੇ ਮੀਆਂ ਸਾਹਿਬ ਬਹੁਤ ਮਿਹਰਬਾਨੀ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਔਰ ਤੁਸੀਂ ਵੇਖ ਵੀ ਰਹੇ ਹੋ ਸਾਨੂੰ ਔਰ ਸੁਣ ਵੀ ਰਹੇ ਹੋ ਔਰ ਆਪਣੇ ਖੂਬਸੂਰਤ ਤੁਸੀਂ ਵਿਚਾਰ ਦਿੱਤੇ ਸਲਾਮ ਪੇਸ਼ ਕੀਤਾ ਜੀ ਸਾਡੀ ਤਰਫੋਂ ਵੀ ਤੁਹਾਨੂੰ ਸਾਰਿਆਂ ਦੋਸਤਾਂ ਨੂੰ ਸਲਾਮ ਹੋਵੇ ਜੀ ਅਸਲਾਮ ਅਲੈਕੁਮ ਜੀ ਜੀ ਬਿਸਮਿਲ੍ਲਾ ਜੀ ਕੌਣ ਤੇ ਕਿੱਥੋਂ ਜੀ ਵੀਰ ਸਾਡਾ ਜੀ ਬਿਸਮਿਲ੍ਲਾ ਜੀ ਅੱਲਾ ਕਰੀਮ ਤੁਹਾਨੂੰ ਸਲਾਮਤ ਰੱਖੇ ਜੀ ਉਹਦੇ ਬਸਤ ਰਹੋ ਜੀ ਜੀ ਬਹੁਤ ਸ਼ੁਕਰੀਆ ਜੀ ਉਹਦੇ ਬਸਤ ਰਹੋ ਬਹੁਤ ਮਿਹਰਬਾਨੀ
ਜੀ ਸ਼ਾਹ ਜੀ ਹੁਣ ਰਾਜ ਜੀ ਉਮਰ ਖਾਲੇ ਵੇਲਾ ਵੀ ਥੋੜ੍ਹਾ ਜਿਹਾ ਰਹਿ ਗਿਆ, ਸੱਜਣਾ ਦੇ ਨਾਂ ਪੱਤਰ ਵੀ ਲੈਣੇ ਆ। ਅੱਛਾ ਉਹ ਨਾ ਜਿਹੜਾ ਸਾਡੇ ਨਾਲ ਉਹ ਤ੍ਰੀਜਾ ਬੰਦਾ ਗਿਆ ਨਾ, ਅਤੇ ਡਾਕਟਰ ਸਾਹਿਬ ਆਖਿਆ ਜੀ ਚਾਹ ਪੀਓ, ਉਸ ਫਤਿਹ ਤੋਂ ਜਨਾਬ ਉਹਦੇ ਕੱਪ ਅਤੇ ਡੱਕਣ ਸਮੇਤ ਹੀ ਨਾ ਉਹ ਮੂੰਹ ਲਾਇਆ ਤੋਂ ਤੱਤੀ ਆਈ ਅਤੇ ਉਹ ਸੁਰਕਿਓ ਸੁਨਤ ਕਰਮ ਵਾਲਾ ਉਹਦੇ ਓਟ ਸੜ ਗਏ। ਮੈਂ ਵੱਧ ਚਾਹ ਕੇ ਥੱਲੇ ਰੱਖ ਛੱਡਿਆ, ਮੈਂ ਜਾਤਾ ਆ ਨਾ ਅੰਜੇ ਪੀਣੀ ਹੈ। ਜਿੱਥੇ ਝੱਟੇ ਤੋਂ ਬਾਅਦ ਡਾਕਟਰ ਉੱਤੋਂ ਡੱਕਣ ਲਾਇਆ ਨਾ, ਹਾਂਜ ਕਰਕੇ ਰਾਜੋ ਕਲੇਚ ਕਰਕੇ ਟੱਕਣ ਲਾਇਆ, ਕਾਲਾ ਜਿਹਾ ਟੱਕਣਾ ਨੇ ਸਾਈਡ 'ਤੇ ਰੱਖਿਓ ਨੇ, ਬਸ ਤੂੰ ਹੌਲੀ ਹੌਲੀ ਕਰਕੇ। ਅਤੇ ਮੈਂ ਆਖਿਆ ਲੈ ਜਿੱਦਤ ਯਾਰ ਅਸੀਂ ਵਧੀਆ ਚਾਹ ਪੀਣ ਵਾਲੇ ਹਾਂ, ਸੇ ਅਫਜ਼ਲ ਕੁਰੇਸ਼ੀ ਵੱਲ ਮੈਂ ਵੇਖ ਕੇ ਹੱਸਾਂ, ਉਹ ਮੇਰੇ ਵੱਲ ਵੇਖ ਕੇ ਹੱਸਣ। ਮੈਂ ਕਿਹਾ ਹੁਣ ਦੱਸੋ ਸ਼ਿਕਰੀਆ ਕੀ, ਅਸੀਂ ਵਧੀਆ ਚਾਹ ਪੀਣ ਵਾਲੇ ਸੁਰਕਣ ਵਾਲੇ ਲੋਕ ਹਾਂ, ਸੇ ਜਿਹਦੇ ਉੱਤੇ ਅੰਗਰੇਜ਼ੀ 'ਚ ਕਾਫੀ ਲਿਖਿਆ ਹੋਇਆ, ਅਤੇ ਉਹ ਬਹਾਵ ਮੇਰੇ ਵਾਸਤੇ ਤੋਂ ਹੀ ਕਾਫੀ ਹੋ ਗਈ। ਮਾਮਲਾ ਇਹ ਹੈ ਕਿ ਜਿੱਦਤ ਦੇ ਨਾਲ ਨਾਲ ਸਾਨੂੰ ਮਾਹੌਲ ਦੇ ਨਾਲ ਵੀ ਟੁਰਨਾ, ਲੇਕਿਨ ਸਾਨੂੰ ਆਪਣੀਆਂ ਚੀਜ਼ਾਂ ਆਪਣੀਆਂ ਜਿਹੜੀਆਂ ਰਵਾਇਤਾਂ ਨੇ ਨਾ, ਰੀਤਾਂ ਰਵਾਇਤਾਂ, ਹੁਣ ਮਿਸਾਲ ਦੇ ਤੌਰ 'ਤੇ ਜਿਵੇਂ ਸਾਕ ਸਾਕੀ ਰੋਜ਼ੀ ਵੀ ਕਮਾਈਂਦਾ ਪਿਆ, ਅਤੇ ਕੋਲ ਜਨਾਬ ਉਸਨੇ ਇੱਕ ਵੱਡਾ ਸਾਰਾ ਕੂਲਰ ਰੱਖਿਆ, ਨਾਲ ਹੋਟਲ ਆਏ, ਹੋਟਲ 'ਤੇ ਪਤਾ ਨਹੀਂ ਠੰਡਾ ਪਾਣੀ ਆਇਆ ਜਾਂ ਨਹੀਂ। ਅੱਛਾ ਇਸੇ ਤਰੀਕੇ ਸਦਕਾ ਜਾ ਰਹੀ ਹੈ, ਤੁਹਾਨੂੰ ਮੈਂ ਦੱਸਦਾ ਪਿਆ ਨਾ ਸ਼ਾਹ ਜੀ, ਅਤੇ ਮੈਂ ਅੱਜ ਇੱਕ ਪੋਸਟ ਪੜ੍ਹੀ ਹੈ, ਅਤੇ ਮੈਂ ਉਹ ਜ਼ਰੂਰੀ ਸਮਝਿਆ ਕਿ ਹੁਣ ਗੱਲ 'ਚੋਂ ਗੱਲ ਨਿਕਲੀ ਚਾਹੀਦੀ, ਕਿ ਕੋਈ ਫੈਮਿਲੀ ਆਈ, ਕੋਈ ਖਾਨਦਾਨ ਆਈ, ਅਤੇ ਉਹਦੇ ਵਿੱਚ ਪੰਜ ਬੰਦੇ ਹਨ, ਅਤੇ ਉਹਨਾਂ ਦਾ ਜਿਹੜਾ ਸਰਬਰਾ ਆਈ ਨਾ, ਪਿਓ ਆਈ ਯਾਨੀ ਬੱਚਿਆਂ ਦਾ ਜਿਹੜਾ, ਉਹ ਅਕਸਰ ਬਿਮਾਰ ਰਹਿੰਦਾ ਹੈ, ਅੱਲਾ ਕਰੀਮ ਖੈਰ ਕਰੇ, ਅਤੇ ਉਹ ਅਕਸਰ ਉਸ ਘਰ ਦੇ ਵਿੱਚ ਫਾਕੇ ਰਹਿੰਦੇ ਹਨ, ਅਤੇ ਉਹ ਫੌਤ ਹੋ ਗਿਆ। ਸਰਬਰਾ ਜਦੋਂ ਫੌਤ ਹੋਇਆ ਨਾ, ਤਾਂ ਘਰ ਦੇ ਵਿੱਚ ਦੋ ਤਰੇ ਦਿਨ ਤਾਂ ਫੌਤਕੀ ਦੀ ਰੋਟੀ ਚੱਲਦੀ ਰਹੀ। ਵੱਧ ਤਖੀਰੀ ਇਹ ਵੇ ਕਿ ਉਹਨਾਂ ਆਖਿਆ ਕਿਉਂਕਿ ਬੇਵਾ ਹੋ ਗਈ ਔਰ ਬੱਚੇ ਯਤੀਮ ਹੋ ਗਏ, ਤਾਂ ਅਵਾਰਡ ਗਵਾਰਡ ਜਿਹੜਾ ਨਾ ਕੁਛ ਅਰਸਾ ਉਹਨਾਂ ਨੂੰ ਮੁਤਵਾਤਰ ਤਰੇ ਟਾਈਮ ਦੀ ਰੋਟੀ ਦਿੰਦਾ ਰਿਹਾ, ਤਾਂ ਵੱਧ ਵਿੱਚ ਬੰਦ ਹੋ ਗਿਆ ਜਿਵੇਂ ਸਾਡਾ ਨਿਜ਼ਾਮ ਹੈ, ਵੱਧ ਉਹ ਫਾਕੇ ਉਹ ਹਿਸਾਬ ਕਿਤਾਬ, ਅਤੇ ਉਹ ਜਿਹੜਾ ਵੱਡਾ ਬੇਟਾ ਆਈ ਨਾ, ਉਹ ਕੋਈ ਬਿਮਾਰ ਹੋ ਗਿਆ, ਤਾਂ ਹੁਣ ਇੱਕ ਬੱਚੀ ਆਈ ਛੋਟੀ ਸਾਰਿਆਂ ਤੋਂ ਨਿੱਕੀ, ਉਹ ਫਿਰਾਂਦੀ ਬਵੇ ਅਤੇ ਉਹਦੇ ਵੱਲ ਵੇਖਦੀ ਰਹੇ ਵੇਖਦੀ ਰਹੇ। ਇੱਕ ਦਿਨ ਮਾਂ 'ਤੇ ਸਵਾਲ ਕਰਦੀ, ਉਹ ਆਖਦੀ ਕਿ ਅੰਮਾ ਭਾਈ ਕਦੋਂ ਮਰਨਾ, ਆਏ ਆਇਆ ਸਰ ਅੱਜ ਕੇ ਰੋਟੀ ਖਾਵਾਂਗੇ। ਉਸ ਮਾਂ ਨੇ ਉਹਨੂੰ ਨਾ ਝਿਣਕਿਆ ਤੇ ਆਖਿਆ ਰੋਟੀ ਖਾਧੀ ਆਈ, ਉਹ ਜਦੋਂ ਉਸੇ ਸਵਾਲ ਕੀਤਾ ਨਾ ਮਾਸੂਮੀਅਤ, ਉਸ ਪੁੱਛਿਆ ਉਸ ਵਜ੍ਹਾ ਪੁੱਛੀ, ਉਸ ਆਖਿਆ ਕਿ ਤੂੰ ਕਿਉਂ ਪੁੱਛਦੀ ਪਈ, ਉਸ ਆਖਿਆ ਬਈ ਉਹ ਅੱਬਾ ਜਦੋਂ ਮਰਿਆ ਆਈ ਨਾ ਅਸਾਂ ਰੱਜ ਕੇ ਰੋਟੀ ਅਤੇ ਰੋਟੀ ਅਸਾਂ ਬੜੀ ਵੰਨ ਪਵੰਨੀ ਖਾਧੀ ਆਈ। ਤਾਂ ਇਹੋ ਜਿਹੜੇ ਖਾਨਦਾਨ ਨੇ ਉਹਨਾਂ ਦਾ ਦੋਸਤੋ ਖਿਆਲ ਰੱਖਿਆ ਕਰੋ। ਹੁਣ ਪ੍ਰੋਗਰਾਮ ਦਾ ਵਿਹਲਾ ਜਿਹੜਾ ਹੈ ਉਹ ਲੱਗ ਗਿਆ ਨੇੜੇ, ਅਤੇ ਮੈਂ ਦੋਸਤਾਂ ਦੇ ਜਿਹੜੇ ਨਾਂ ਹਨ ਉਹ ਜਨਾਬ ਜ਼ਰੂਰੀ ਸਮਝਣਾ, ਕਿ ਮਲਕ ਅਰਸ਼ਦ ਦਵਾਨ ਸਾਹਿਬ ਇਨ ਚੋ, ਸੈਦਨ ਸ਼ਾਹ ਤੋਂ, ਇਹਨਾਂ ਦੇ ਨਾਲ ਜ਼ਫਰ ਕਿਰੋੜਾਲਾ ਕਿਰੋੜਾਲੇ ਤੋਂ ਸਾਡਾ ਪ੍ਰੋਗਰਾਮ ਸੁਣਦੇ ਪੈਣ, ਤੈਰ ਮਹਿਮੂਦ ਬਾਜਵਾ ਸਾਹਿਬ ਹਨ, ਜਵੇਦ ਬਾਜਵਾ ਸਾਹਿਬ ਹਨ, ਜ਼ਫਰ ਇਕਬਾਲ ਬਾਜਵਾ ਸਾਹਿਬ, ਮੁਹੰਮਦ ਸ਼ਫੀਕ ਬਾਜਵਾ ਸਾਹਿਬ, ਮੁਹੰਮਦ ਸ਼ੁਏਬ ਬਾਜਵਾ ਸਾਹਿਬ, ਵਕਾਸ ਬਾਜਵਾ, ਸ਼ਾਹਿਦ ਬਾਜਵਾ, ਜ਼ਾਹਿਦ ਬਾਜਵਾ, ਅਲੀ ਹਸਨ ਅੰਸਾਰੀ, ਅਫਜ਼ਾਲ ਅੰਸਾਰੀ, ਅਸਲਮ ਫੌਜੀ, ਮੁਹੰਮਦ ਇਲਿਆਸ ਸਰਾਈ, ਇਹ ਸਾਰੇ 106 ਸ਼ੁਮਾਲੀ ਤੋਂ ਸਾਡਾ ਪ੍ਰੋਗਰਾਮ ਸੁਣ ਰਹੇ ਹਨ, ਜ਼ਹੀਰ ਅਹਿਮਦ ਸਪਰੇ ਵਾਲਾ 107 ਸ਼ੁਮਾਲੀ ਤੋਂ, ਜ਼ਰੈਦ ਖਾਨ ਪੁੱਲ 107 ਸ਼ੁਮਾਲੀ ਤੋਂ, ਮੁਹੰਮਦ ਖਾਨ ਕਲਿਆਰ ਅਤੇ ਉਹਨਾਂ ਦਾ ਬੇਟਾ ਸਮਰ ਖਾਨ ਕਲਿਆਰ ਡੇਰਾ ਜਾੜਾ ਤੋਂ ਜਨਾਬ ਸਾਡਾ ਪ੍ਰੋਗਰਾਮ ਸੁਣ ਰਹੇ ਹਨ, ਅਮੀਰ ਮੁਹੰਮਦ ਮਿਠਾਈ ਵਾਲਾ ਅਤੇ ਮੁਹੰਮਦ ਖੁਸ਼ੀ ਜੱਟ ਅਤੇ ਅਬਦੁਲ ਗਫਾਰ ਜੱਟ ਅਤੇ ਡਾਕਟਰ ਮੁਹੰਮਦ ਰਮਜ਼ਾਨ 101 ਸ਼ੁਮਾਲੀ ਤੋਂ, ਮਲਕ ਮੁਸ਼ਤਾਕ ਅਤੇ ਮਲਕ ਫਿਆਜ਼ 99 ਸ਼ੁਮਾਲੀ ਤੋਂ, ਸੁਲੇਮਾਨ ਮਲੰਗ ਹੋਟਲ ਵਾਲਾ, ਅਸ਼ਰਫ ਲਾਲੀ ਹਮਾਮ ਵਾਲਾ ਅਤੇ ਤੈਰ ਗੁੱਜਰ ਰਕਸ਼ੇ ਵਾਲਾ 102 ਸ਼ੁਮਾਲੀ ਤੋਂ ਸਾਡਾ ਪ੍ਰੋਗਰਾਮ ਸੁਣ ਰਹੇ ਹਨ, ਬਸ ਦੋਸਤ ਸਾਡਾ ਪ੍ਰੋਗਰਾਮ ਨਾਲ ਨਾਲ ਵੇਖਦੇ ਵੀ ਪੈਣ ਜੀ। ਔਰ ਹਾਜੀ ਸਾਹਿਬ ਇਹ ਕਹਿ ਰਹੇ ਨੇ ਮੀਆਂ ਨਸਰਾਂ ਜਾ ਕੇ ਸ਼ਾਹ ਜੀ ਦੁਦਲਕੇ ਤੇ ਕੁਛ ਆਨਣ ਪਾਓ, ਕੱਲ੍ਹ ਇਨਸ਼ਾਅੱਲਾ ਜੀ ਦੁਦਲਕੇ ਦੁਦਲਕੇ ਦਾ ਸਾਂ ਇੱਕ ਵਾਰੀ ਸਵਾਲ ਵੀ ਕੀਤਾ ਹੀ, ਤੇ ਕੱਲ੍ਹ ਇਨਸ਼ਾਅੱਲਾ ਵੱਡਾ ਬਲੋ ਪਾਲ ਲਿਸਾਂ ਬਿਲਕੁਲ
ਜੀ ਰਾਜੀ। ਅੱਛਾ ਹਾਂਜੀ, ਅਨਵਰ ਚੀਮਾ ਸਾਹਿਬ ਇਨ ਰਹਿਮਾਨਪੁਰਾ ਤੋਂ, ਇਹਨਾਂ ਦੇ ਨਾਲ ਇਹਨਾਂ ਦੇ ਨਵਾਜ਼ ਸਿੰਘ ਜੀ, ਅਬਦੁਲ ਮਨਾਨ ਸਾਹਿਬ ਇਹ ਵੀ ਰਹਿਮਾਨਪੁਰਾ ਤੋਂ ਸਾਡਾ ਪ੍ਰੋਗਰਾਮ ਸੁਣਦੇ ਪੈਣ ਔਰ ਵੇਖਦੇ ਵੀ ਪੈਣ। ਇਬਰਾਰ ਅਹਿਮਦ ਕਲੀਆਰ 85 ਜਨੂਬੀ ਤੋਂ, ਇਹਨਾਂ ਦੇ ਨਾਲ ਇਹਨਾਂ ਦੀ ਸਾਰੀ ਬਰਾਦਰੀ, ਮੁਮਤਾਜ਼ ਅਹਿਮਦ ਕਲੀਆਰ, ਅਮੀਨ ਕਲੀਆਰ, ਸ਼ਬਾਜ਼ ਕਲੀਆਰ, ਅਨਵਾਰ ਕਲੀਆਰ, ਵਕਾਰ ਕਲੀਆਰ, ਸੁਹੇਲ ਕਲੀਆਰ, ਇਮਤਿਆਜ਼ ਕਲੀਆਰ, ਮੁਸ਼ਤਬਾ ਇਰਫਾਨ ਕਲੀਆਰ, ਇਹ ਸਾਰੀ ਕਲੀਆਰ ਬਰਾਦਰੀ ਸਾਡੀ 85 ਜਨੂਬੀ ਤੋਂ ਸਾਡਾ ਪ੍ਰੋਗਰਾਮ ਦੇਖ ਰਹੇ। 85 ਜਨੂਬੀ ਤੋਂ ਸਿੱਲਾ ਵਾਲੀ ਰੇਲਵੇ ਸਟੇਸ਼ਨ ਜਿਹੜਾ ਨਾ ਜੀ ਜੀ 1905 'ਚ ਬਣਿਆ ਆਇਓ ਦੋ ਤੋਂ ਲਿਖਿਆ, ਮੈਂ ਵੇਖਿਆ ਔਰ ਬੜੀ ਮੈਨੂੰ ਖੁਸ਼ੀ ਹੋਈ ਹੈ ਕਿ ਅੱਜ ਵੀ ਉਹ ਸੰਭਾਲੀ ਹੋਈ ਸ਼ਾਇਦ। ਸਿਪਤਾਨ ਭੱਟੀ ਸਾਹਿਬ ਨੇ, ਇਹਨਾਂ ਦੇ ਨਾਲ ਮਲਕ ਨਾਸਰ ਸਾਹਿਬ ਨੇ, ਹਸਨ ਵਾਜਿਦ ਖੋਖਰ, ਅਮਾਰ ਮੁਗਲ ਸਾਹਿਬ ਨੇ, ਮਹਿਕਮਾ ਸਿਹਤ ਦੇ ਸਾਰੇ ਦੋਸਤ ਜਿਹੜੇ ਨੇ ਤਾਂ ਅਫੀਸਰ ਹਨ, ਇਹ ਸਾਡਾ ਪ੍ਰੋਗਰਾਮ ਬੜਾ ਸ਼ੌਕ ਦਾ ਸੁਣਦੇ ਆਉਂਦੇ ਨੇ ਔਰ ਵੇਖਦੇ ਵੀ ਆਉਂਦੇ ਨੇ। ਬਸ਼ੀਰ ਤੈਰ ਸਾਹਿਬ ਸਾਡੇ ਬਹੁਤ ਹੀ ਪਿਆਰੇ ਜਿਹੇ ਲਿਸਨਰ, ਸਾਡੇ ਨਕਾਦ ਵੀ, ਅਸੀਂ ਇਹਨਾਂ ਨੂੰ ਆਖ ਸਕਦੇ ਹਾਂ ਕਿ ਸਾਡੇ ਨਕਾਦ ਵੀ ਹਨ, ਬੜੀ ਖੂਬਸੂਰਤ ਸਾਡੇ 'ਤੇ ਤਨਕੀਦਾਂ ਵੀ ਕਰਦੇ, ਖੂਬਸੂਰਤ ਸਾਡੀ ਸਲਾਹ ਕਰਦੇ ਨੇ ਜੀ। ਬਸ਼ੀਰ ਤੈਰ ਸਾਹਿਬ ਰਿਜ਼ਵਾਨ ਮਾਰਕੀਟ ਤੋਂ, ਅੱਲਾ ਪਾਕ ਇਹਨਾਂ ਨੂੰ ਸਲਾਮਤ ਰੱਖੇ, ਸਾਡਾ ਪ੍ਰੋਗਰਾਮ ਸੁਣ ਵੀ ਰਹਿਣ ਔਰ ਵੇਖ ਵੀ ਰਹਿਣ। ਅਤਾਉਲਾ ਕੁਰੇਸ਼ੀ ਸਾਹਿਬ ਬਿਨ ਜ਼ਫਰੁੱਲਾ ਚੌਕ ਤੋਂ ਜੀ, ਪੇਂਟਰ ਗੁਲਾਮ ਅਬਾਸ ਸਗਰਾਲ ਗੁੱਡੇਵਾਲਾ ਤੋਂ, ਮਾਸਟਰ ਅਤਾ ਮੁਹੰਮਦ ਲਾਟੀ, ਖੁਰਮ ਅਤਾ ਲਾਟੀ ਔਰ ਖਬਰ ਅਤਾ ਲਾਟੀ, ਇਹ ਜਨਾਬ ਬਾਬੂ ਮੁਹੱਲਾ ਤੋਂ, ਇਹਨਾਂ ਦੇ ਭਾਈ ਜਿਹੜੇ ਨੇ ਉਹ ਫੌਤ ਹੋਏ ਨੇ ਪਿਛਲੇ ਦਿਨਾਂ 'ਚ, ਅੱਲਾ ਪਾਕ ਉਹਨਾਂ ਨੂੰ ਮਗਫਰਤ ਉਹਨਾਂ ਦੀ ਫਰਮਾਵੇ ਜੀ ਜੀ, ਔਰ ਆਲਾ ਮਕਾਮ ਜੰਨਤ ਉਲ ਫਿਰਦੌਸ 'ਚ ਉਹਨਾਂ ਨੂੰ ਅਤਾ ਹੋਵੇ। ਮੁਜਾਹਿਦ ਗੋਲੇ ਆਲਾ, ਅਬੂ ਬਕਰ ਬਲੋਚ, ਜ਼ੁਲਫਕਾਰ, ਉਸਮਾਨ ਅਲੀ, ਕਸ਼ਾਨ, ਫਰਹਾਨ, ਹਨਾਨ, ਇਹ ਸਭ ਬਾਬੂ ਮੁਹੱਲਾ ਸਰਗੋਦਾ ਤੋਂ, ਜਵੇਦ ਬਾਜਵਾ ਸਾਹਿਬ 106 ਸ਼ਮਾਲੀ ਤੋਂ, ਬਾਬਾ ਨਜ਼ੀਰ ਸਾਹਿਬ ਅਤੇ ਇਹਨਾਂ ਦੇ ਨਾਲ ਚੌਧਰੀ ਰਿਜ਼ਵਾਨ ਸਾਹਿਬ ਅਤੇ ਅਬੂ ਬਕਰ ਫਰਨੀਚਰ ਵਾਲਾ ਚੱਕ 104 ਜਨੂਬੀ ਤੋਂ, ਜ਼ਫਰ ਇਕਬਾਲ 49 ਟੇਲ ਤੋਂ, ਮੁਹੰਮਦ ਨਸਰੁੱਲਾ ਅਤੇ ਮਾਸਟਰ ਅਫਜ਼ਾਲ ਸਾਡਾ ਪ੍ਰੋਗਰਾਮ ਸੁਣ ਰਹੇ ਨੇ। ਅਬਦੁਲ ਮਜੀਦ ਕਾਦਰੀ ਸਾਹਿਬ, ਤੁਸੀਂ ਖੂਬਸੂਰਤ ਵਿਚਾਰ ਸੁਣੇ ਨੇ ਉਹਨਾਂ ਦੇ 88 ਜਨੂਬੀ ਤੋਂ, ਮੁਰਾਦ ਕਲੋਨੀ ਤੋਂ ਸਾਡਾ ਇੱਕ ਬੜਾ ਪਿਆਰ ਕਰਨ ਵਾਲਾ ਜੀ, ਬੜਾ ਖੂਬਸੂਰਤ ਲਫ਼ਜ਼ ਹੁੰਦੇ ਨੇ ਇਹਨਾਂ ਕੋਲ ਆਪਣੀ ਰਹਿਤਲ ਦੇ, ਪੰਜਾਬੀ ਦਾ ਬੜਾ ਵੱਡਾ ਪ੍ਰਚਾਰਕ ਹੈ ਜਨਾਬ ਅਸਗਰ ਭੱਟ ਸਾਹਿਬ, ਸਾਡਾ ਪ੍ਰੋਗਰਾਮ ਸੁਣਦੇ ਪੈਣ ਔਰ ਵੇਖ ਵੀ ਰਹਿਣ। ਔਰੰਗਜ਼ੇਬ ਗੋਂਦਲ ਅਤੇ ਨਜ਼ੀਰ ਅਹਿਮਦ ਗੋਂਦਲ ਪੁਰਾਣਾ ਬੁਲਵਾਲ ਤੋਂ, ਪੁਰਾਣੇ ਬੁਲਵਾਲ ਤੋਂ ਹੀ ਬਾਬਾ ਫੌਜੀ, ਜਵੇਦ ਅਤੇ ਨਸੀਰ ਚੱਕਰੀ ਸ਼ਮਾਲੀ ਤੋਂ, ਆਸ਼ਿਕ ਹੁਸੈਨ ਰਾਏ ਸਾਹਿਬ, ਮਲਕ ਪਰਵੇਜ਼ ਅਵਾਨ, ਮਲਕ ਖਾਲਿਕ ਦਾ ਦਵਾਨ, ਮਲਕ ਅਹਮਦ ਸ਼ੇਰ ਅਵਾਨ, ਰਾਏ ਨਿਆਜ਼ ਹਸਨ ਨਿਆਜ਼, ਅਸਦੁੱਲ ਅਸਦ, ਤਸਕੀਨ ਆਕਿਸ਼, ਚੱਕ 29 ਸ਼ਮਾਲੀ ਤੋਂ, ਇਹ ਸਾਰੇ ਦੋਸਤ ਸਾਡਾ ਪ੍ਰੋਗਰਾਮ ਸੁਣ ਰਹੇ ਹਨ। ਕਿਸੇ ਦੋਸਤ ਦਾ ਅਗਰ ਨਾਂ ਰਹਿ ਗਿਆ ਹੋਵੇ ਤਾਂ ਜਨਾਬ ਅਸਾਂ ਕੱਲ੍ਹ ਇਨਸ਼ਾਅੱਲਾ ਤਾਲਾ ਦੁਬਾਰਾ ਦੱਸੀਏ। ਕੱਲ੍ਹ ਤੱਕ 7 ਵਜੇ ਤੱਕ ਦਿਓ ਇਜਾਜ਼ਤ, ਪ੍ਰੋਗਰਾਮ ਦਾ ਵੇਲਾ ਖਤਮ ਹੋ ਗਿਆ। ਰੱਬ ਰਾਖਾ, ਪਾਕਿਸਤਾਨ ਜ਼ਿੰਦਾਬਾਦ।